सतनाम श्री वाहिगुरु साहिब जी। सतनाम श्री वाहिगुरु साहिब जी। गुरु नानक पद पंकज बंधन पद पंकज बंधन सिमरो अंगद दुख निकंदन गुरु अमरदास श्री गुरु रामदास गुरु अर्जुन के नासक श्री हरगोबिंद सुमत प्रकाशक श्री हर राय नमो कर जोड़ी वाहेगुरु नमो कर जोड़ी श्री हर कृष्ण तेग बहादुर परम कृपाला वाहेगुरु परम कृपाला श्री गुरु गोबिंद सिंह विशाला तरो तरा तर पुन पुन सीसा वाहेगुरु पुन पुन सीसा बंदो बार बार जगदीसा एकंकारा सतगुरु वाहिगुरु जी की फतेह बिघन विनाशन सो गुरु का शब्द कमाए जिन जीते पंच विकार तिन संतन को बंधना सिर चरणन पर तार कहां बुद्ध प्रभ तुच्छ हमारी परन सके महिमा जो तिहारी हम न सकत कर सिफत तुम्हारी आप ले हो तुम कथा सुधारी सतनाम श्री वाहिगुरु साहिब जी चौपे चित सोचन को सोचत सारे कछ कुछ न सकहे कर दुखदा तारे वाहिगुरु जी का खालसा वाहिगुरु जी की फतेह। सच्चे पातशाह अंतर्यामी गुरु गरीब निवाज तन तन श्री गुरु ग्रंथ साहिब महाराज कलयुग दे तारनहार उन्हां दी पावन पवित्र निघी गोद दा आनंद माण रही गुरु का खास रूप गुरु सवारी गुरु खालसा साध संगत जी आप समूह साध संगत सच्चे पातशाह धन श्री गुरु गोबिंद सिंह महाराज जी की वीर रस बाणी का कीर्तन सरवण कर रहे सी। देहे शिवा वर मोए एह शुभ करमन ते कबहू न डरो न डरो अरसो जब जाए लरो निश्चय करे अपनी जीत कर। सच्चे पातशाह महाराज की चढ़दी कला वाली बाणी वीर रसी बाणी का कीर्तन समूह साध संगत ने सरवण किया है। हुण दुपहर दे दीवाना दे अंदर वीकेंड दे दीवाना दे अंदर जो दिहाड़े पोह दा महीना चल रहा है जदों कलगीधर पातशाह महाराज ने आनंदपुर साहब दा किला छड्डिया सी ते सच्चे पातशाह महाराज दे परिवार दे तीन हिस्से गुरद्वारा परिवार विछोड़ा साहब विखे होए। सच्चे पातशाह गुरु गोबिंद सिंह महाराज वड्डे साहिबजादे बाबा अजीत सिंह ते उना तो छोटे बाबा जुझार सिंह ते नाल चाली सिंह भाई दया सिंह धर्म सिंह हिम्मत सिंह मान सिंह भाई मोखम सिंह भाई कोठा सिंह भाई मदन सिंह इत्यादि गुरु के सूरमे चाली सिंह ओ श्री चमकौर साहब की धरती वल होए। उपरंत गुरु पातशाह महाराज के छोटे फरजंद धन धन बाबा जोरावर सिंह जी
ਅਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ। ਉਹ ਦੋਹੇ ਸਾਹਿਬਜ਼ਾਦੇ ਅਤੇ ਗੁਰੂ ਸਾਹਿਬ ਦੇ ਮਾਤਾ ਜੀ ਉਹ ਪਰਿਵਾਰ ਵਿਛੋੜੇ ਤੋਂ ਐਸੀ ਪ੍ਰਭੂ ਦੀ ਨੇਤ ਹੋਈ ਕਿ ਉਹ ਸ਼੍ਰੀ ਸਰਹੰਦ ਦੀ ਧਰਤੀ 'ਤੇ ਸ਼੍ਰੀ ਫਤਿਹਗੜ੍ਹ ਸਾਹਿਬ ਵੱਲ ਹੋ ਗਏ, ਕਿਉਂਕਿ ਸਰਸਾ ਦਾ ਜੋ ਬਹਾਵ ਸੀ ਉਹ ਬਹੁਤ ਤੇਜ਼ ਸੀ। ਪਿੱਛੋਂ ਫੌਜਾਂ ਘੋੜੇ 'ਤੇ ਸੀਗੀਆਂ, ਪਾਲਕੀ ਸਾਹਿਬ 'ਤੇ ਸੀਗੀਆਂ, 500 ਸਿੰਘਾਂ ਦਾ ਜੱਥਾ ਸੀ। ਬਹਾਵ ਤੇਜ਼ ਹੋਣ ਕਰਕੇ, ਠੰਡ ਕਰਕੇ, ਉੱਪਰੋਂ ਮੀਂਹ ਗੜੀ ਵੀ ਪੈ ਰਹੀ ਸੀ ਅਤੇ ਇੱਕ ਦੂਸਰੇ ਨੂੰ ਪਤਾ ਨਹੀਂ ਲੱਗ ਰਿਹਾ ਸੀ ਕੋਈ ਕਿੱਧਰ ਚੱਲ ਰਿਹਾ। ਤੀਸਰਾ ਹਿੱਸਾ ਮਹਾਰਾਜ ਦੇ ਦੋ ਮਹਿਲ, ਧੰਨ ਧੰਨ ਮਾਤਾ ਸੁੰਦਰੀ ਜੀ ਅਤੇ ਧੰਨ ਧੰਨ ਮਾਤਾ ਸਾਹਿਬ ਦੇਵਾਂ ਜੀ, ਖਾਲਸੇ ਦੇ ਮਾਤਾ ਜੀ। ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾਂ ਜੀ ਦਿੱਲੀ ਵੱਲੋਂ ਤਿੰਨੋਂ ਹਿੱਸੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਰਿਵਾਰ ਦੇ ਅੱਡ ਅੱਡ ਹੋਏ ਇਸ ਪੋਹ ਦੇ ਮਹੀਨੇ ਖਾਲਸਾ ਜੀ। ਸੱਚੇ ਪਾਤਸ਼ਾਹ ਮਹਾਰਾਜ ਨੇ 5 ਅਤੇ 6 ਪੋਹ ਦੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ। 5 ਦੀ ਰਾਤ ਸੀ ਅਤੇ 6 ਦਾ ਅੰਮ੍ਰਿਤ ਵੇਲੇ ਦਾ ਦਿਨ ਸੀ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ। 22 ਦਸੰਬਰ ਦਾ ਦਿਨ ਸੀ 1704। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਦੋਂ ਕਿਲ੍ਹਾ ਛੱਡਿਆ, ਉਪਰੰਤ ਕਿਲ੍ਹਾ ਛੱਡਣ ਤੋਂ ਬਾਅਦ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ 500 ਸਿੰਘ ਨਿਕਲੇ ਨੇ। ਉਹ 500 ਸਿੰਘਾਂ ਦੇ ਅੰਦਰੋਂ ਜਦੋਂ ਆਸਾ ਜੀ ਦੀ ਵਾਰ ਲਗਾਈ ਹੈ, ਸੱਚੇ ਪਾਤਸ਼ਾਹ ਮਹਾਰਾਜ ਦੇ 250 ਸਿੰਘ ਸ਼ਹੀਦ ਹੋਏ ਨੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਤੋਂ ਬਾਅਦ। ਉਹ ਖਾਲਸਾ ਜੀ ਇਤਿਹਾਸ ਗੁਰਦੁਆਰਾ ਸਕਾਰਪੁਰੋ ਵਿਖੇ ਲੜੀਵਾਰ ਚੱਲ ਰਿਹਾ ਹੈ। ਉਹ ਇਤਿਹਾਸ ਗੁਰੂ ਪਾਤਸ਼ਾਹ ਮਹਾਰਾਜ ਦੇ ਪੁੱਤਰਾਂ ਦੀ ਲਸਾਨੀ ਸ਼ਹਾਦਤ, ਗੁਰੂਆਂ ਦੇ ਸਿੰਘਾਂ ਦੀ ਕੁਰਬਾਨੀਆਂ, ਉਹ ਇਤਿਹਾਸ ਗੁਰਦੁਆਰਾ ਸਕਾਰਪੁਰੋ ਵਿਖੇ ਲੜੀਵਾਰ ਪੋਹ ਦੇ ਮਹੀਨੇ ਦਾ ਚੱਲ ਰਿਹਾ, ਜਿਹਦਾ ਸਮਾਂ ਸ਼ਾਮ ਨੂੰ 6:30 ਵਜੇ ਤੋਂ ਲੈ ਕੇ ਤਕਰੀਬਨ 7:15 ਤੱਕ ਹੁੰਦਾ ਹੈ। ਉਹੀ ਪ੍ਰਸੰਗ ਹੁਣ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਲੜੀਵਾਰ ਚਲਾਉਣ ਦਾ ਪੁਰਨਾ ਗੁਰੂ ਪਾਤਸ਼ਾਹ ਨੇ ਪਾਇਆ ਹੈ। ਆਓ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜੋ ਲੜੀਵਾਰ ਇਤਿਹਾਸ ਚੱਲ ਰਿਹਾ ਹੈ ਉਹ ਪ੍ਰੇਮ ਦੇ ਨਾਲ ਸਾਰੀ ਸੰਗਤ ਸਰਵਣ ਕਰੀਏ। ਖਾਲਸਾ ਜੀ, ਇਹ ਬਹੁਤ ਵਿਲੱਖਣ ਇਤਿਹਾਸ ਹੈ। ਇਸ ਇਤਿਹਾਸ ਦੇ ਨਾਲ ਬਰਾਬਰ ਦਾ ਹੋਰ ਕੋਈ ਵੀ ਇਤਿਹਾਸ ਕਿਸੇ ਪੀਰ ਪੈਗੰਬਰ ਨੇ ਨਹੀਂ ਰਚਿਆ, ਨਾ ਹੀ ਕਿਸੇ ਨਾਲ ਹੋਇਆ ਹੈ, ਅਤੇ ਇੰਨੀ ਮਹਾਨ ਸ਼ਹਾਦਤ ਨਾ ਹੀ ਕੋਈ ਦੇ ਸਕਦਾ ਹੈ। ਜਿੱਥੇ ਗੁਰੂ ਪਾਤਸ਼ਾਹ ਮਹਾਰਾਜ ਦੇ 7 ਅਤੇ 9 ਸਾਲ ਦੇ ਬੱਚੇ ਨੀਹਾਂ ਚਿਣੇ ਗਏ ਨੇ, ਉਹ ਸੰਸਾਰ ਦੇ ਉੱਤੇ ਇੱਕ ਅਦੁੱਤੀ ਮਿਸਾਲ ਹੈ। ਉਹਦੇ ਬਰਾਬਰ ਹੋਰ ਕੋਈ ਦੂਸਰੀ ਮਿਸਾਲ ਨਹੀਂ। ਦੂਸਰੇ ਪਾਸੇ ਗੁਰੂ ਪਾਤਸ਼ਾਹ ਮਹਾਰਾਜ ਦੇ ਯੰਗ ਬੜੀ, ਜਿਨ੍ਹਾਂ ਦੀ ਹਜੇ ਦਾੜੀਆਂ ਮੁੱਛ ਵੀ ਪੁੱਟੀਆਂ ਨਹੀਂ ਸੀਗੀਆਂ, ਉਹ ਮਹਾਰਾਜ ਦੇ ਸਾਹਿਬਜ਼ਾਦੇ ਚਮਕੌਰ ਦੀਆਂ ਗੜੀਆਂ 'ਚ ਪੁਰਜਾ ਪੁਰਜਾ ਕੱਟੇ ਨੇ, ਉਹ ਵੀ ਇਤਿਹਾਸ ਕਿਤੇ ਹੋਰ ਸੰਸਾਰ 'ਤੇ ਨਹੀਂ ਮਿਲਦਾ। ਗੁਰੂ ਪਾਤਸ਼ਾਹ ਮਹਾਰਾਜ ਦਾ ਇਹ ਇਤਿਹਾਸ ਜਿਹੜਾ ਵੀ ਸਿੰਘ ਸੁਣਦਾ ਹੈ, ਜਿਹੜਾ ਸਿੰਘ ਪ੍ਰੇਮ ਨਾਲ ਇਹਦੀ ਕਥਾ ਕਰਦਾ ਹੈ, ਉਹ ਖਾਲਸਾ ਜੀ ਸਿੱਖੀ ਦੀ ਦਾਤ ਨੂੰ ਪ੍ਰਾਪਤ ਕਰ ਲਵੇ। ਵਾਹਿਗੁਰੂ ਮੰਤਰ ਉਸਦੇ ਹਿਰਦੇ 'ਚ ਚੱਲਦਾ ਹੈ। ਆਓ ਵਾਹਿਗੁਰੂ ਮੰਤਰ ਹਿਰਦੇ 'ਚ ਉਚਾਰਨ ਕਰਦੇ ਹੋਏ ਬੜੇ ਪ੍ਰੇਮ ਦੇ ਨਾਲ ਇਹ ਕਥਾ ਨੂੰ ਸੁਣੀਏ। ਅਸੀਂ ਪਿਛਲੇ ਦੀਵਾਨਾਂ ਦੇ ਅੰਦਰ ਸਰਵਣ ਕੀਤਾ ਸੀ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਸਿੰਘ ਕਹਿੰਦੇ ਨੇ ਸੱਚੇ ਪਾਤਸ਼ਾਹ। ਆਪ ਜੀ ਕਹਿੰਦੇ ਹੋ ਕਿਲ੍ਹਾ ਨਾ ਛੱਡੀਏ, ਪਰ 7 ਮਹੀਨੇ ਭੁੱਖੇ ਭਾਣੇ ਕਿਲ੍ਹੇ ਦੇ ਅੰਦਰ ਰਹਿੰਦੇ ਹੋ ਗਏ ਨੇ। ਹੁਣ ਸੱਚੇ ਪਾਤਸ਼ਾਹ ਮਹਾਰਾਜ, ਅਸੀਂ ਹੋਰ ਭੁੱਖ ਦਾ ਦਰਦ ਨਹੀਂ ਬਰਦਾਸ਼ਤ ਕਰ ਸਕਦੇ। ਸੱਚੇ ਪਾਤਸ਼ਾਹ ਮਹਾਰਾਜ, ਗੁਰੂ ਗੋਬਿੰਦ ਸਿੰਘ ਨੇ ਕਿਹਾ, ਸਿੰਘੋ ਅਤੇ ਮਾਤਾ ਗੁਜਰੀ ਜੀ ਵੀ ਖਹਿੜੇ ਪੈ ਗਏ ਵੀ ਪੁੱਤਰ ਕਿਉਂ ਹੱਠ ਕਰਦਾ, ਕਿਲ੍ਹਾ ਛੱਡ ਦੇ। ਮਹਾਰਾਜ ਕਿਹਾ, ਜੇ ਕਿਲ੍ਹਾ ਛੱਡਿਆ ਤਾਂ ਬਾਹਰ ਤੋਪਾਂ ਬੀੜੀਆਂ ਪਈਆਂ, ਅਗਲਿਆਂ ਨੇ ਤੁਹਾਡੇ ਚੀਥੜੇ ਉਡਾ ਦੇਣੇ ਨੇ, ਤੁਹਾਡੇ ਤੋਂ ਉਹ ਕਿਰਪਾਨਾਂ ਦੇ ਵਾਰ ਨਹੀਂ ਸਹਾਰੇ ਜਾਣੇ, ਬੰਦੂਕ ਦੀਆਂ ਗੋਲੀਆਂ ਛਾਤੀਆਂ 'ਤੇ ਨਹੀਂ ਖਾਈ ਜਾਣੀਆਂ, ਤੋਪਾਂ ਨੇ ਤੁਹਾਡੇ ਸਰੀਰ ਦੁਫਾੜ ਕਰ ਦੇਣੇ ਨੇ। ਤੁਸੀਂ ਕੋਸ਼ਿਸ਼ ਕਰੋ ਕਿਲ੍ਹੇ ਦੇ ਅੰਦਰ ਘੱਟ ਤੋਂ ਘੱਟ ਕਿਲ੍ਹੇ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰੋ। ਕਿਹਾ, ਮਹਾਰਾਜ ਨਹੀਂ ਰਹਿ ਸਕਦੇ, ਹੁਣ ਕਿਲ੍ਹੇ ਤੋਂ ਬਾਹਰ ਜਾਣਾ ਹੀ ਪੈਣਾ। ਸੱਚੇ ਪਾਤਸ਼ਾਹ ਕ੍ਰੋਧ 'ਚ ਆਏ, ਵੀਰ ਰਸ 'ਚ ਬਚਨ ਕਹਿ ਦਿੱਤਾ, ਜੇ ਕਿਸੇ ਨੇ ਕਿਲ੍ਹੇ ਤੋਂ ਬਾਹਰ ਜਾਣਾ ਹੈ ਤੇ ਬੇਦਾਵਾ ਲਿਖ ਕੇ ਦੇ ਦਿਓ। ਹੁਣ ਉਹ ਕਥਾ ਅਸੀਂ ਕੱਲ੍ਹ ਦੇ ਦੀਵਾਨਾਂ ਦੇ ਅੰਦਰ ਸਰਵਣ ਕਰੀ ਸੀ,
हुण सिंह ते माता गुजरी जी सलाह कर रहे ने भी करिए किस तरह, जे अंदर रहने आ ते भुख दा दुख है, बाहर जाने आ ते महाराज कहिंदे कोई जीवित नहीं बचेगा। ਉਹ ਕਥਾ ਸਰਵਣ ਕਰਨ ਦੇ ਲਈ ਮਨਚਿਤ ਬਿਰਤੀਆਂ ਨੂੰ ਕਾਗਰ ਕਰਕੇ ਵਾਹਿਗੁਰੂ ਮੰਤਰ ਉਚਾਰਨ ਕਰਦੇ ਕਥਾ ਸਰਵਣ ਕਰੀਏ ਜੀ। ਆਖਣਾ ਕਰੀਏ ਸਤਨਾਮ ਵਾਹਿਗੁਰੂ ਸਾਹਿਬ ਜੀ। ਸੰਗਤ ਜੀ ਸਾਰੇ ਆਖਣਾ ਕਰੋ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ। ਚੌਪਈ ਚਿਤ ਸੋਚਨ ਕੋ ਸੋਚਤ ਸਾਰੇ। ਸਾਰੇ ਸੋਚਦੇ ਨੇ ਮਹਾਰਾਜ ਨੇ ਬਦਾਵਾ ਲਿਖਣ ਨੂੰ ਕਹਿ ਦਿੱਤਾ ਹੈ। ਕੁਛ ਨਾ ਸਖੈ ਕਰ ਦੁਬਿਧਾ ਧਾਰੇ। ਹੁਣ ਦੁਬਿਧਾ ਪੈ ਗਈ ਹੈ ਜੇ ਬਾਹਰ ਨਿਕਲਦੇ ਆ। ਮਹਾਰਾਜ ਕਹਿੰਦੇ ਜਾਨ ਨਹੀਂ ਬਚਣੀ, ਅੰਦਰ ਭੁੱਖ ਦਾ ਦਰਦ ਹੈ। ਗਏ ਵਕੀਲ ਸਭਿਨ ਸਨ ਕਹਿਓ। ਸਾਰਿਆਂ ਦੇ ਵਕੀਲ ਇਕੱਠੇ ਹੋ ਕੇ ਤੁਰਕਾਂ ਦੇ, ਪਹਾੜੀਆਂ ਦੇ, ਦਿੱਲੀ ਦੇ ਰਾਜੇ ਦੇ, ਕੁਰਾਨ ਦੀ, ਗਊ ਦੀ, ਠਾਕੁਰਾਂ ਦੀ ਕਸਮ ਖਾਂਦੇ ਨੇ ਅਸੀਂ ਹਮਲਾ ਨਹੀਂ ਕਰਾਂਗੇ। ਸਤਿਗੁਰ ਨਾਨਕੋ ਹੱਠ ਤਰ ਰਹਿਓ। ਉਹਨਾਂ ਨੇ ਆਪਸ ਵਿੱਚ ਸਲਾਹ ਕੀਤੀ ਗੁਰੂ ਪਾਤਸ਼ਾਹ ਮਹਾਰਾਜ ਤਾਂ ਹਠੀਲੇ ਗੁਰੂ ਨੇ, ਗੁਰੂ ਪਾਤਸ਼ਾਹ ਦਾ ਦ੍ਰਿੜ ਨਿਸ਼ਚਾ ਹੈ, ਉਹ ਤਾਂ ਜੰਗ ਕਰੇ ਬਿਨਾਂ ਨਹੀਂ ਹਟਦੇ, ਪਰ ਮਾਤਾ ਗੁਜਰੀ ਤੇ ਸਿੰਘ ਢਿੱਲੇ ਪੈਂਦੇ ਨੇ। ਇੱਕ ਗੱਲ ਹੋਰ ਬਣ ਸਕਦੀ ਹੈ, ਮਾਤਾ ਕੋ ਹਮ ਪੁੰਨ ਸਮਝਾਵੇ। ਅਸੀਂ ਮਾਤਾ ਗੁਜਰੀ ਜੀ ਨੂੰ ਤੇ ਸਿੰਘਾਂ ਨੂੰ ਨਰਮ ਹੁੰਦਾ ਦੇਖ ਲਿਆ, ਤੇ ਕਿਉਂ ਨਾ ਦੁਬਾਰਾ ਮਾਤਾ ਗੁਜਰੀ ਜੀ ਦੇ ਕੋਲ ਜਾ ਕੇ ਇੱਕ ਵਾਰੀ ਫੇਰ ਆਪਣੀ ਬੇਨਤੀ ਸੁਣਾਈਏ ਤੇ ਉਹਨਾਂ ਦਾ ਪੱਖ ਹੌਲਾ ਕਰ ਲਈਏ, ਆਪਸ ਵਿੱਚ ਭੇਦ ਪਾ ਦੇਈਏ। ਕਿਉਂਕਿ ਜੰਗ ਜਿੱਤਣ ਦੇ ਚਾਰ ਹੀ ਤਰੀਕੇ ਨੇ, ਸਾਮ, ਦਾਮ, ਦੰਡ ਤੇ ਭੇਦ। ਗੁਰੂ ਨੂੰ, ਗੁਰੂ ਨੇ ਸਾਡੀ ਸ਼ਰਨ ਪੈਣਾ ਨਹੀਂ, ਸ਼ਮਾ ਮੰਗਣੀ ਨਹੀਂ। ਦਾਮ ਗੁਰੂ ਖਰੀਦਿਆ ਨਹੀਂ ਜਾ ਸਕਦਾ, ਗੁਰੂ ਬੜਾ ਅਣਖੀ ਹੈ ਤੀਸਰੇ ਨੰਬਰ ਦੇ ਉੱਤੇ, ਤੇ ਨਾ ਹੀ ਅਸੀਂ ਗੁਰੂ ਨੂੰ ਦੰਡ ਦੇ ਕੇ ਜੰਗ ਦੇ ਅੰਦਰ ਹਰਾ ਸਕਦੇ ਹਾਂ। ਗੁਰੂ ਗੋਬਿੰਦ ਸਿੰਘ ਦੇ ਤੀਰਾਂ ਦੀ ਮਾਰ ਬਹੁਤ ਜ਼ਿਆਦਾ ਅਣਖੀਲੀ ਹੈ, ਗੁਰੂ ਤੋਂ ਵਾਰ ਅਸੀਂ ਨਹੀਂ ਸਹਾਰ ਸਕਦੇ। ਹੁਣ ਇੱਕੋ ਤਰੀਕਾ ਬਚਦਾ, ਜੇ ਆਪਸ ਦੇ ਅੰਦਰ ਭੇਦ ਪਵਾ ਦੇਈਏ, ਮਾਤਾ ਗੁਜਰੀ ਤੇ ਸਿੰਘਾਂ ਦੀ ਇੱਕ ਪਾਸਾ ਕਰ ਲਈਏ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਕਹਿ ਦਈਏ, ਮਹਾਰਾਜ ਬਈ ਤੁਸੀਂ ਕਿਲ੍ਹਾ ਛੱਡੋ, ਮਹਾਰਾਜ ਨੇ ਮੰਨਣਾ ਨਹੀਂ। ਉੱਤੇ ਮਾਤਾ ਗੁਜਰੀ ਜੀ ਹੋਰੀ ਤੇ ਸਿੰਘ ਮੰਨ ਜਾਣਗੇ, ਆਪਸ ਵਿੱਚ ਦੋਨਾਂ ਦੇ ਅੰਦਰ ਡਿਵਾਈਡ ਐਂਡ ਰੂਲ ਕਰਵਾ ਕੇ, ਤੇ ਅਸੀਂ ਗੁਰੂ ਦੇ ਪਰਿਵਾਰ 'ਚ ਭੇਦ ਪਵਾ ਕੇ, ਤੇ ਅਸੀਂ ਗੁਰੂ ਨੂੰ ਕਿਲ੍ਹੇ ਤੋਂ ਬਾਹਰ ਕਢਾ ਲਵਾਂਗੇ। ਬੇਨਤੀ ਕਰੇ ਗਿਰੀਸ਼ਨ ਦਿਸ਼ ਤੇ। ਅਸੀਂ ਪਹਾੜੀ ਰਾਜਿਆਂ ਦੇ ਵੱਲੋਂ ਵੀ ਬੇਨਤੀ ਕਰਾਂਗੇ। ਜਿਵੇਂ ਵੀ ਭਰੋਸਾ ਬੱਝੇ, ਗੁਰੂ ਨੂੰ, ਗੁਰੂ ਦੇ ਪਰਿਵਾਰ ਨੂੰ ਇੱਕ ਵਾਰੀ ਕਿਲ੍ਹੇ ਚੋਂ ਬਾਹਰ ਕੱਢੋ, ਉਹਦੇ ਬਾਅਦ ਹਮਲਾ ਕਰਾਂਗੇ। ਸੋ ਆਪਣੇ ਸੁੱਤ ਕੋ ਸਮਝਾਵੇ। ਮਾਤਾ ਆਪਣੇ ਪੁੱਤਰ ਨੂੰ ਸਮਝਾ ਸਕਦੀ ਹੈ, ਜੇ ਨਹੀਂ ਸਮਝਾਉਂਦੀ ਮਾਤਾ ਨੂੰ ਸਮਝਾ ਲਓ, ਫੁੱਟ ਪਵਾ ਦਿਓ ਪਰਿਵਾਰ ਵਿੱਚ। ਕਿਉਂ ਕਿਉਂ ਕਰ ਨਿਕਸਨ ਮਨਵਾਵੇ। ਜਿਸ ਤਰ੍ਹਾਂ ਕਿਸ ਤਰ੍ਹਾਂ ਕਰਕੇ ਗੁਰੂ ਗੋਬਿੰਦ ਸਿੰਘ ਨੂੰ ਇੱਕ ਵਾਰੀ ਕਿਲ੍ਹੇ ਤੋਂ ਬਾਹਰ ਕੱਢ ਲਵੋ। ਜੇ ਜਨਨੀ ਕੋ ਕਹੇ ਉਹ ਨਾ ਮੰਨ। ਜੇ ਆਪਣੀ ਮਾਤਾ ਦਾ ਕਿਹਾ ਗੁਰੂ ਨਹੀਂ ਮੰਨਦਾ, ਤੋ ਫਿਰ ਇੱਕ ਗੱਲ ਜ਼ਰੂਰ ਬਣ ਸਕਦੀ ਹੈ, ਪੌਤਰੇ ਆਦਿਕ ਗੁਰ ਪਰਿਵਾਰ। ਗੁਰੂ ਦੇ ਬੱਚੇ ਯਾਨੀ ਕਿ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਧੰਨ ਬਾਬਾ ਫਤਿਹ ਸਿੰਘ, ਤੇ ਗੁਰੂ ਦਾ ਪਰਿਵਾਰ, ਗੁਰੂ ਦੇ ਮਹਿਲ ਤੇ ਗੁਰੂ ਦੀ ਮਾਤਾ। ਕਹਿੰਦੇ ਉਹਨਾਂ ਨੂੰ ਲਾਲਚ ਦੇ ਦਿਓ ਵੀ ਤੁਹਾਨੂੰ ਬਾਹਰ ਕੱਢ ਦੇਵਾਂਗੇ ਤੇ ਤੁਹਾਨੂੰ ਕੁਛ ਨਹੀਂ ਕਵਾਂਗੇ। ਗੁਰੂ ਕੱਲਾ ਕਿਲ੍ਹੇ ਦੇ ਅੰਦਰ ਅਸੀਂ ਘੇਰ ਲੈਣਾ, ਤੇ ਫੇਰ ਅਸੀਂ ਜੋ ਮਰਜ਼ੀ ਕਰਾਂਗੇ। ਇਸ ਵਿੱਚ ਭੇਦ ਪਰੈ ਗੁਰ ਘਰ ਮਹਿ। ਗੁਰੂ ਘਰ ਦੇ ਅੰਦਰ ਭੇਦ ਪਾ ਦੇਵਾਂਗੇ। ਪਹਾੜੀ ਰਾਜੇ ਤੇ ਬਾਹਰ ਮੁਸਲਮਾਨ ਬਹਿਰ ਬੈਠ ਕੇ ਸਲਾਹਾਂ ਕਰਦੇ ਨੇ, ਬਈ ਗੁਰੂ ਪਾਤਸ਼ਾਹ ਮਹਾਰਾਜ ਦੇ ਪਰਿਵਾਰ 'ਚ ਭੇਦ ਪਾ ਦੇਵਾਂਗੇ। ਹੋਏ ਇਕਾਕੀ ਸਮਝੈ ਉਰਮ ਮਹਿ। ਗੁਰੂ ਕੱਲਾ ਜਦੋਂ ਰਹਿ ਗਿਆ ਕਿਲ੍ਹੇ ਦੇ ਅੰਦਰ, ਫੇਰ ਤਾਂ ਫੜਨਾ ਕੋਈ ਔਖਾ ਨਹੀਂ। ਬਹੁਰ ਆਪ ਵੀ ਨਿਕਲਣ ਕਰੇ। ਸ਼ਾਇਦ ਇਹ ਵੀ ਹੋ ਜਾਵੇ ਜਦੋਂ ਗੁਰੂ ਦੇਖੇ ਮੇਰਾ ਪਰਿਵਾਰ ਜਾ ਰਿਹਾ, ਤੇ ਗੁਰੂ ਉਹਨਾਂ ਨੂੰ ਕੱਲਾ ਨਾ ਜਾਣ ਦੇਵੇ, ਗੁਰੂ ਪਾਤਸ਼ਾਹ ਆਪ ਵੀ ਕਿਲ੍ਹੇ ਤੋਂ ਬਾਹਰ ਨਿਕਲਣ ਲਈ ਤਿਆਰ ਹੋ ਜਾਣ। ਨਹੀਂ ਜੰਗ ਪਰ ਹਰੇ। ਗੁਰੂ ਪਾਤਸ਼ਾਹ ਮਹਾਰਾਜ ਚਾਹੁਣਗੇ ਜੰਗ ਹੋਵੇ, ਅਸੀਂ ਵੀ ਚਾਹੁੰਦੇ ਹਾਂ ਇੱਕ ਵਾਰੀ ਕਿਲ੍ਹੇ ਤੋਂ ਬਾਹਰ ਨਿਕਲਣ, ਕਿਉਂਕਿ ਕਿਲ੍ਹਾ ਜਿਹੜਾ ਉੱਚਾਈ ਤੇ ਸੀ ਅਨੰਦਪੁਰ ਸਾਹਿਬ ਦਾ, ਉੱਤੋਂ ਸਿੰਘ ਗੋਲੀਆਂ ਮਾਰਦੇ ਸੀਗੇ, ਉਹ ਜ਼ਿਆਦਾ ਗਿਣਤੀ 'ਚ ਮਰਦੇ ਸੀ, ਇੱਧਰੋਂ ਸਿੰਘ ਕਿਲ੍ਹੇ 'ਚ ਨੇ, ਉਹਨਾਂ ਨੂੰ ਗੋਲੀ ਲੱਗਦੀ ਨਹੀਂ,
ਤੇ ਤੁਰਕ ਪਹਾੜੀ ਕਹਿ ਰਹੇ ਨੇ ਵੀ ਜੇ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਕਿਲੇ ਤੋਂ ਬਾਹਰ ਆ ਜਾਣ ਭੀਮ ਚੰਦ ਪਹਾੜੀ ਰਾਜਿਆਂ ਦਾ ਰਾਜਾ ਖਵਾਜਾ ਮਰਦੂਦ ਦਿੱਲੀ ਤੋਂ ਔਰੰਗਜ਼ੇਬ ਦਾ ਭੇਜਿਆ ਵਰ ਜਰਨੈਲ ਕਹਿੰਦੇ ਜਿਹੜੇ ਵੀ ਮੌਜੂਦ ਵਕੀਲ ਨੇ ਜਿਹੜੇ ਸਿਆਣੇ ਬੰਦੇ ਨੇ ਉਹਨਾਂ ਨੂੰ ਆਪਾਂ ਵਿੱਚ ਪਾਈਏ ਇਹ ਨੀਕੀ ਤੁਮ ਨੀਤ ਵਿਚਾਰੀ ਇਹ ਨੀਕੀ ਗੱਲ ਚੰਗੀ ਤਰ੍ਹਾਂ ਤੁਸੀਂ ਜਾਣ ਲਵੋ ਖਾਲਸਾ ਜੀ ਕਰੋ ਜਤਨ ਇਸ ਕੋ ਮਤ ਭਾਰੀ ਗੁਰੂ ਪਾਤਸ਼ਾਹ ਮਹਾਰਾਜ ਨੂੰ ਪਹਾੜੀ ਰਾਜੇ ਕਹਿੰਦੇ ਦੇ ਵਕੀਲਾਂ ਨੂੰ ਕਿ ਗੁਰੂ ਪਾਤਸ਼ਾਹ ਮਹਾਰਾਜ ਨੂੰ ਫੜ ਲਵੋ ਕਹਿ ਲੂਰੀ ਕਹਿ ਲਿਹੋ ਮਮ ਨਾਮੂ ਭੀਮ ਚੰਦ ਕਹਿ ਲੂਰੀ ਬੜਾ ਪਾਪੀ ਸੀ ਖਾਲਸਾ ਜੀ ਇਹਦਾ ਇਤਿਹਾਸ ਕੀ ਹੈ ਭੀਮ ਚੰਦ ਰਾਜਾ ਜਿਹੜਾ ਹੋਇਆ ਪਹਾੜਾਂ ਦਾ ਇਹਦਾ ਜਿਹੜਾ ਵੱਡਾ ਸੀ ਤਾਰਾ ਚੰਦ ਰਾਜਾ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ 52 ਰਾਜਿਆਂ ਨੂੰ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਲੈ ਕੇ ਆਏ ਨੇ ਤੇ ਇਹਦਾ ਦਾਦਾ ਸੀਗਾ ਤਾਰਾ ਚੰਦ ਉਹ ਦਾਦਾ ਜਿਹੜਾ ਸੀ ਉਹ ਚੜ੍ਹਾਈ ਕਰ ਗਿਆ ਸੀਗਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੇ ਕਿਲ੍ਹੇ ਤੋਂ ਚੜਾਇਆ ਸੀ ਤਦੋਂ 6ਵੇਂ ਪਾਤਸ਼ਾਹ ਦੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਗੱਦੀ ਤੇ ਸਨ ਤੇ ਤਾਰਾ ਚੰਦ ਦੀ ਘਰਵਲੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਭੋਗ ਦੇ ਉੱਤੇ ਤਾਰਾ ਚੰਦ ਦੇ ਬੁਲਾਇਆ ਸੀਗਾ ਤੇ ਕਿਹਾ ਸੀ ਮਹਾਰਾਜ ਸਾਡੇ ਇੱਥੇ ਨਗਰੀ ਵਸਾਓ ਆ ਕੇ ਤਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ 1,00,000 ਤੇ 56,57,000 ਰੁਪਈਆ 1,50,000 ਰੁਪਈਆ ਤਦ ਦੇ 1,50,000 ਰਜਤਪਣ ਦੇ ਕੇ ਸੋਨੇ ਦੀਆਂ ਮੋਹਰਾਂ ਦੇ ਕੇ ਆਨੰਦਪੁਰ ਸਾਹਿਬ ਦੀ ਧਰਤੀ ਖਰੀਦੀ ਸੀਗੀ ਉਹ ਧਰਤੀ ਖਰੀਦਣ ਤੋਂ ਬਾਅਦ ਮਹਾਰਾਜ ਨੇ ਪੱਟਾ ਲਿਖਾ ਲਿਆ ਸੀ ਤੇ ਪੱਟੇ ਦੇ ਉੱਤੇ ਪਹਿਲਾ ਜਿਹੜਾ ਨਾਮ ਸੀਗਾ ਉਹ ਮਾਖੋਵਾਲ ਸੀ ਕਿਉਂਕਿ ਮਾਖਾ ਨਾਮ ਦਾ ਦੈਂਤ ਰਹਿੰਦਾ ਸੀ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣੀ ਮਾਤਾ ਦੇ ਨਾਮ ਦੇ ਉੱਤੇ ਚੱਕ ਮਾਤਾ ਨਾਨਕੀ ਉਹਦੇ ਨਾਂ ਦੇ ਉੱਤੇ ਪੱਟਾ ਬਣਵਾਇਆ ਤੇ ਤਦੋਂ ਭੀਮ ਚੰਦ ਜਿਹੜਾ ਸੀਗਾ ਉਹ ਬਹੁਤ ਛੋਟਾ ਹੁੰਦਾ ਸੀ ਉਪਰੰਤ ਦੂਸਰੇ ਪਾਸੇ ਜਿਹੜਾ ਤਾਰਾ ਚੰਦ ਸੀ ਉਹਦੇ ਪੁੱਤਰ ਦਾ ਨਾਮ ਸੀ ਦੀਪ ਚੰਦ 6ਵੇਂ ਪਾਤਸ਼ਾਹ ਨੇ ਤਾਰਾ ਚੰਦ ਨੂੰ ਛੜਾਇਆ ਉਹ ਚੜ੍ਹਾਈ ਕਰ ਗਿਆ 9ਵੇਂ ਪਾਤਸ਼ਾਹ ਨੇ 9ਵੇਂ ਪਾਤਸ਼ਾਹ ਨੂੰ ਦੀ ਜਨਾਨੀ ਨੇ ਘਰ ਬੁਲਾਇਆ ਭੋਗ ਤੇ ਜਗ੍ਹਾ ਮਹਾਰਾਜ ਨੇ ਪੱਟੇ ਤੇ ਖਰੀਦ ਲਈ ਉਪਰੰਤ ਜਿਹੜਾ ਦੀਪ ਚੰਦ ਸੀਗਾ ਉਹ ਵੀ ਬੜਾ ਲੰਬਾ ਚਿਰ ਗੁਰੂ ਘਰ ਦਾ ਸੇਵਾਦਾਰ ਰਿਹਾ ਪਰ ਜਿਹੜਾ ਭੀਮ ਚੰਦ ਪਹਾੜੀ ਸੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਖਾਲਸੇ ਨੂੰ ਵਿਸਾਖੀ ਤੇ ਅੰਮ੍ਰਿਤ ਦੀ ਦਾਤ ਦਿੱਤੀ ਹੈ ਤਦੋਂ ਭੀਮ ਚੰਦ ਨੂੰ ਵੀ ਮਹਾਰਾਜ ਨੇ ਕਿਹਾ ਸੀ ਤੁਸੀਂ ਪਹਾੜੀ ਰਾਜੇ ਵੀ ਸਾਰੇ ਅੰਮ੍ਰਿਤ ਛਕ ਲਓ ਤੇ ਗੁਰੂ ਦੀ ਸਿੱਖੀ ਧਾਰਨ ਕਰੋ ਇਹ ਭੀਮ ਚੰਦ ਨੇ ਕਿਹਾ ਸੀ ਮਹਾਰਾਜ ਕੌਣ ਦੋ ਵੇਲੇ ਕੰਗਾ ਕਰੇਗਾ ਮਹਾਰਾਜ ਕੌਣ ਕੇਸ ਰੱਖੇਗਾ ਸੱਚੇ ਪਾਤਸ਼ਾਹ ਅਸੀਂ ਤੇ ਪੱਥਰਾਂ ਨੂੰ ਪੂਜਦੇ ਹਾਂ ਤੁਸੀਂ ਪੱਥਰਾਂ ਨੂੰ ਪੂਜਣ ਨਹੀਂ ਦੇਣਾ ਮਹਾਰਾਜ ਨੇ ਵਚਨ ਕਰ ਦਿੱਤਾ ਸੀ ਪਹਾੜੀ ਮਤ ਕਾਚੇ ਤੁਮ ਕਾਚੇ ਹੇ ਪਹਾੜੀ ਲੋਗੋ ਤੁਸੀਂ ਕੱਚੇ ਮਤ ਦਿਓ ਤੁਹਾਨੂੰ ਅਸੀਂ ਗਿਆਨ ਦੀ ਗੱਲ ਸਮਝਾਉਣਾ ਚਾਹ ਰਹੇ ਸੀ ਸਿਧਾਂਤ ਦੀ ਗੱਲ ਦੇਣਾ ਚਾਹ ਰਹੇ ਸੀ ਤੁਹਾਨੂੰ ਅਸੀਂ ਦਿੱਲੀ ਦਾ ਰਾਜ ਦੇ ਦੇਣਾ ਸੀ ਪਰ ਤੁਸੀਂ ਭਾਰਾਂ ਜੋਗੇ ਹੀ ਰਹਿ ਗਏ ਉੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਭੀਮ ਚੰਦ ਦੇ ਨਾਲ ਕਿਤੇ ਕਿਤੇ ਵਿਗਾੜ ਪੈਂਦਾ ਰਿਹਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਭੀਮ ਚੰਦ ਜਿਹੜਾ ਸੀ ਉਹ ਤਾਰਾ ਚੰਦ ਦਾ ਪੋਤਰਾ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਪੁੱਤਰ ਨੇ ਜਿਹੜੇ ਦਾਦੇ ਸੀ ਗੁਰੂ ਹਰਗੋਬਿੰਦ ਸਾਹਿਬ 10ਵੇਂ ਪਾਤਸ਼ਾਹ ਦੇ ਦਾਦਾ ਜੀ ਸਨ ਗੁਰੂ ਹਰਗੋਬਿੰਦ ਸਾਹਿਬ ਤੇ ਤਾਰਾ ਚੰਦ ਉਹਨਾਂ ਨੂੰ ਮਹਾਰਾਜ ਦੇ ਆਪਸ ਸਿੱਖੀ ਦੀ ਸਾਂਝ ਸੀਗੀ ਪਰ ਭੀਮ ਚੰਦ ਗੁਰੂ ਘਰ ਦੇ ਨਾਲ ਵਿਗਾੜ ਪਾ ਰਿਹਾ ਤੇ ਆ ਕੇ ਵਕੀਲਾਂ ਨੂੰ ਪਤਾ ਕੀ ਕਹਿਣ ਲੱਗਾ ਕਹਿੰਦੇ ਮਾਤਾ ਗੁਜਰੀ ਨੂੰ ਜਾ ਕੇ ਕਹਿਓ ਕਿ ਮੈਂ ਵੀ ਤੁਹਾਡਾ ਪੁੱਤਰ ਹਾਂ ਮਾਤਾ ਜੀ ਤੁਸੀਂ ਕਿਲ੍ਹਾ ਛੱਡ ਦਿਓ ਗੁਰੂ ਪਾਤਸ਼ਾਹ ਮਹਾਰਾਜ ਤਾਂ ਹੱਥ ਤੇ ਅੜੇ ਨੇ ਮੈਂ ਤੁਹਾਡਾ ਪੁੱਤਰ ਹਾਂ ਮੈਂ ਤੁਹਾਨੂੰ ਅਨੰਦਪੁਰ ਦੇ ਕਿਲ੍ਹੇ ਤੋਂ ਬਾਹਰ ਤੱਕ ਸੁਰੱਖਿਅਤ ਕੱਢ ਕੇ ਆਵਾਂ ਖਾਲਸਾ ਜੀ ਦੇਖੋ ਕਿੰਨਾ ਝੂਠ ਬੋਲ ਰਿਹਾ ਬਾਅਦ ਚੋਂ ਇਹਨਾਂ ਨੇ ਤੋਪਾਂ ਬੀੜਨੀਆਂ ਨੇ ਸਿੰਘਾਂ ਤੇ ਗੋਲੀਆਂ ਚਲਾਉਣੀਆਂ ਨੇ ਤੇ ਇਹਦੇ ਨਾਲ ਹੀ ਵਜ਼ੀਰ ਖਾਨ ਬੈਠਾ ਹੈ ਜਿਹਦੇ ਛੋਟੇ ਸਾਹਿਬਜ਼ਾਦਿਆਂ ਨੂੰ ਫਤਵਾ ਸੁਣਵਾ ਕੇ ਨੀਹਾਂ ਚਿਣਵਾਉਣਾ ਉਹ ਵੀ ਨਾਲ ਬੈਠਾ ਹੈ ਉਹ ਵੀ ਮੁਸਕਰਾ ਰਿਹਾ ਆਪਸ ਦੇ ਅੰਦਰ ਜਿਹੜੇ ਸਾਰੇ ਪਾਪੀ ਨੇ ਉਹ ਸਲਾਹਾਂ ਕਰਦੇ ਨੇ ਕਰੋ ਮਾਤਾ ਦੇ ਚਰਨ ਪ੍ਰਣਾਮੂ ਕਹਿੰਦਾ ਮਾਤਾ ਦੇ ਮੇਰੇ ਚਰਨਾਂ ਤੇ ਪ੍ਰਣਾਮ ਕਰਿਓ ਮਾਤਾ ਗੁਜਰੀ ਦੇ ਭੀਮ ਚੰਦ ਬੋਲਿਆ ਹੈ ਜੇ ਮਹਮ ਧਰਮ ਕਰੈ ਕਹਿ ਦੀਜ ਜਿਵੇਂ ਗੁਰੂ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ ਨਾ ਵੀ ਅਸੀਂ ਹਮਲਾ ਕਰਾਂਗੇ ਅਸੀਂ ਤੇ ਬੜੀ ਧਰਮ ਦੀ ਗੱਲ ਕਰਦੇ ਹਾਂ ਨੀਤੀ ਦੀ ਗੱਲ ਕਰਦੇ ਹਾਂ ਮਾਤਾ ਜੀ ਤੁਸੀਂ ਘਬਰਾਓ ਨਾ ਅਸੀਂ ਹਮਲਾ ਨਹੀਂ ਕਰਾਂਗੇ ਇੱਕ ਵਾਰੀ ਤੁਸੀਂ ਅਨੰਦਪੁਰ ਦਾ ਕਿਲ੍ਹਾ ਛੱਡ ਦਿਓ ਖਾਲਸਾ ਜੀ ਦਾਸ ਨੇ
पिछले दीवान च भी बेनती की सी, तुसी ए गल नू विजुलाइज करो माड़ा जिहा अपने दिमाग च। बाहर 2-2.5 लाख फौज खड़ी है आनंदपुर के किले दे, अंदर भुखे प्यासे 500 सिंह, 7 महीने तो भुखे, पानी भी अंदर खूह तो पी रहे ने। जिहड़ा सतलुज दरिया तो पातशाह ने एक कनाल कढ़िया सीगा जिहड़ा अंदर सिंघां दे लंगर लई जल प्रसादे लई वरत्या जांदा सी, ओह वी इहनां ने कटता सीगा। ओह 500 सिंह भुखे प्यासे, पर गुरु गोबिंद सिंह महाराज दे बाहर लड़ाई करन लई 2.5 लाख फौज, पर अंदर आण दी हिम्मत नहीं। ਇਹ ਗੁਰੂ ਪਾਤਸ਼ਾਹ ਮਹਾਰਾਜ ਦਾ ਡਰ ਸੀ ਇਹਨਾਂ ਦੀ ਅੱਖ 'ਚ, ਬਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਤੇਗ ਲੜ ਕੇ ਤੇਗ ਵਾਹ ਕੇ ਅਸੀਂ ਨਹੀਂ ਜਿੱਤ ਸਕਦੇ, ਗੁਰੂ ਗੋਬਿੰਦ ਸਿੰਘ ਨੂੰ ਤੀਰਾਂ ਦੀ ਮਾਰ ਨਾਲ ਨਹੀਂ ਹਰਾ ਸਕਦੇ, ਉਹਨਾਂ ਕੋਲ ਇੰਨੀਆਂ ਵੱਡੀਆਂ ਵੱਡੀਆਂ ਤੋਪਾਂ, ਪਰ ਆਨੰਦਪੁਰ ਸਾਹਿਬ ਦੇ ਕਿਲੇ ਦੇ ਉੱਤੇ ਉਹ ਤੋਪਾਂ ਨਹੀਂ ਚੱਲਦੀਆਂ। ਗੁਰੂ ਪਾਤਸ਼ਾਹ ਮਹਾਰਾਜ ਦੀ ਤਾਂ ਜੰਗ ਦੀ ਮੋਰਚਾਬੰਦੀ ਸੀ। ਉਹ ਖਾਲਸਾ ਜੀ ਅੱਜ ਤੱਕ ਗੋਰੇ ਉਸ ਦੇ ਉੱਤੇ ਰਿਸਰਚ ਕਰਦੇ ਨੇ, ਬਈ ਗੁਰੂ ਗੋਬਿੰਦ ਸਿੰਘ ਨੇ 10 ਲੱਖ ਦੀ ਫੌਜ ਦੇ ਨਾਲ ਕਿਸ ਤਰ੍ਹਾਂ ਲੜਾਈ ਕੀਤੀ ਕਿ 10 ਲੱਖ ਬਰਾਇਤ ਬਰੋ ਬੇਖਬਰ। ਜ਼ਫਰਨਾਮਾ ਪਾਤਸ਼ਾਹੀ 10ਵੀਂ, ਧੰਨ ਗੁਰੂ ਗੋਬਿੰਦ ਸਿੰਘ ਲਿਖਦੇ ਨੇ ਔਰੰਗਜ਼ੇਬ, ਤੂੰ ਸਭ ਤੋਂ ਵੱਡਾ ਪਾਪੀ ਹੈ ਕਿ 10 ਲੱਖ 10 ਲੱਖ ਫੌਜ, 10 ਲੱਖ ਬਰਾਇਤ ਬਰੋ ਬੇਖਬਰ, ਬਿਨਾਂ ਦੱਸੇ ਸਾਡੇ 40 ਸਿੰਘਾਂ ਦੇ ਚੜਾ ਦਿੱਤੀ ਚਮਕੌਰ ਸਾਹਿਬ, ਤੇਰੇ ਤੋਂ ਵੱਡਾ ਪਾਪੀ ਕੌਣ ਹੈ? ਤੂੰ ਇਸਲਾਮ ਧਰਮ ਨੂੰ ਖੁਦ ਵੀ ਨਹੀਂ ਮੰਨਦਾ ਤੇ ਤੈਨੂੰ ਮੰਨਣ ਵਾਲੇ ਵੀ ਇਸਲਾਮ ਧਰਮ ਨੂੰ ਨਹੀਂ ਮੰਨਦੇ। ਪਰ ਗੁਰੂ ਗੋਬਿੰਦ ਸਿੰਘ ਨੇ ਕਿਹਾ, ਸਾਨੂੰ ਇਤਬਾਰ ਹੈ ਤੇਰੀ ਪਾਕ ਗ੍ਰੰਥ ਕੁਰਾਨ ਸ਼ਰੀਫ ਦੇ ਉੱਤੇ, ਅਸੀਂ ਤੇਰੀ ਕੁਰਾਨ ਤੇ ਖਾਈ ਕਸਮ ਨੂੰ ਇਤਬਾਰ ਕਰਕੇ ਕਿਲ੍ਹਾ ਛੱਡਣ ਨੂੰ ਤਿਆਰ ਹੋ ਗਏ, ਕੁਰਾਨ ਨੂੰ ਝੁਕਣ ਨਹੀਂ ਦਿੱਤਾ, ਪਰ ਤੂੰ ਕੁਰਾਨ ਦੀ ਕਸਮ ਖਾ ਕੇ ਵੀ ਮੈਂ ਅਟੈਕ ਨਹੀਂ ਕਰਾਂਗਾ ਆਨੰਦਪੁਰ ਦੇ ਕਿਲ੍ਹੇ ਤੇ, ਤੂੰ ਹਮਲਾ ਕਰ ਦਿੱਤਾ, ਤੂੰ ਆਪਣੀ ਖਾਈ ਕਸਮ ਤੋਂ ਮੁੱਕਰ ਗਿਆ, ਪਰ ਅਸੀਂ ਕੁਰਾਨ ਦੀ ਤੇਰੀ ਖਾਈ ਕਸਮ ਦੇ ਉੱਤੇ ਇਤਬਾਰ ਕਰਕੇ ਕਿਲ੍ਹਾ ਛੱਡਤਾ। ਇਹ ਖਾਲਸਾ ਜੀ ਗੁਰੂ ਦੀ ਵੱਡੀ ਵਡਿਆਈ ਹੈ। ਗੁਰੂ ਪਾਤਸ਼ਾਹ ਜਾਣਦੇ ਸਨ, ਪਰ ਮਹਾਰਾਜ ਨੇ ਪਾਕ ਪਵਿੱਤਰ ਗ੍ਰੰਥ ਕੁਰਾਨੇ ਸ਼ਰੀਫ ਦੀ ਬੇਦਵੀ ਨਹੀਂ ਕੀਤੀ। ਗੁਰੂ ਦਾ ਜਿਹੜਾ ਖਾਲਸਾ ਉਹ ਕਿਸੇ ਵੀ ਧਰਮ ਦੀ ਬੇਦਵੀ ਨਹੀਂ ਕਰਦਾ। ਖਾਲਸਾ ਜੀ ਇਹ ਗੁਰੂ ਘਰ ਦੀਆਂ ਸਟੇਜਾਂ ਨੇ, ਕੋਈ ਸਕਾਰਬਰੋ ਦੀ ਹੈ, ਹੋ ਸਕਦਾ ਗੁਰਦੁਆਰਾ ਮੰਜੀ ਸਾਹਿਬ ਦਰਬਾਰ ਸਾਹਿਬ ਦੀ ਹੈ, ਕੋਈ ਤਰਨ ਤਾਰਨ ਸਾਹਿਬ ਦੀ ਹੈ। ਇਹ ਜਿੰਨੀਆਂ ਵੀ ਗੁਰੂ ਘਰ ਦੀਆਂ ਸਟੇਜਾਂ ਨੇ ਨਾ, ਇੱਥੋਂ ਕਿਸੇ ਵੀ ਧਾਰਮਿਕ ਗ੍ਰੰਥ ਦੀ ਨਿੰਦਾ ਲਈ ਇੱਕ ਸ਼ਬਦ ਵੀ ਬੋਲਣਾ ਉਹ ਕਥਾਵਾਚਕ ਗਿਆਨੀ ਸਿੰਘ ਲਈ ਕੜਾ ਪਾਪ ਹੋਵੇਗਾ। ਗੁਰੂ ਘਰ ਦੀਆਂ ਸਟੇਜਾਂ ਨਿੰਦਾ ਦੇ ਲਈ ਨਹੀਂ ਨੇ, ਇਹ ਕੇਵਲ ਤੇ ਕੇਵਲ ਗੁਰੂ ਦੇ ਜਸ ਲਈ ਨੇ। ਜੇ ਕਿਤੇ ਤੁਹਾਨੂੰ ਲੱਗਦਾ ਤੁਹਾਡਾ ਧਰਮ ਬਹੁਤ ਵੱਡਾ ਹੈ ਤੇ ਦੂਸਰੇ ਦੇ ਧਰਮ ਨੂੰ ਛੋਟਾ ਕਹਿਣ ਦਾ ਹੱਕ ਤੁਹਾਨੂੰ ਨਹੀਂ ਹੈ। ਹਰ ਇੱਕ ਦਾ ਧਰਮ ਸਭ ਨੂੰ ਪਿਆਰਾ ਹੈ। ਜੇ ਅੱਜ ਤੁਸੀਂ ਕਿਸੇ ਦੇ ਧਰਮ ਦੀ ਨਿੰਦਾ ਕਰ ਰਹੇ ਹੋ ਤੇ ਜਾਣ ਲੈਣਾ ਤੁਸੀਂ ਗੁਰੂ ਪਾਤਸ਼ਾਹ ਦੇ ਦਿਲ ਨੂੰ ਠੇਸ ਪਹੁੰਚਾ ਰਹੇ ਹੋ। ਹਰ ਦਾ ਧਰਮ ਪਿਆਰਾ ਹੈ। ਗੁਰੂ ਪਾਤਸ਼ਾਹ ਨੂੰ ਜਨੇਊ ਪਾਉਣ ਲੱਗੇ ਪਹਿਲੇ ਜਾਮੇ 'ਚ, ਗੁਰੂ ਪਾਤਸ਼ਾਹ ਕਿਹਾ ਜਨੇਊ ਨਹੀਂ ਪਾਵਾਂਗੇ। ਦਿਆ ਕਪਾਹਾ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਇਹ ਜਨੇਊ ਅਸੀਂ ਪਾਇਆ ਹੋਇਆ। 9ਵੇਂ ਜਾਮੇ ਦੇ ਅੰਦਰ ਹਿੰਦੂਆਂ ਦਾ ਜਨੇਊ ਲਾਹਣ ਲੱਗੇ ਔਰੰਗਜ਼ੇਬ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਹਾ, ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ, ਬਾਹੇ ਨਾ ਛੋਟੀ ਹੈ, ਦਰ ਪਈਏ ਧਰਮ ਨਾ ਛੋਟੀ ਹੈ। ਤੇਗ ਬਹਾਦਰ ਬੋਲਿਆ, ਦਰ ਪਈਏ ਧਰਮ ਨਾ ਛੋਟੀ ਹੈ। ਇਹ ਕਵੀ ਚਾਂਦ ਜੀ ਦੀ ਕਵਿਤਾ ਹੈ, ਉਹਨਾਂ ਨੇ ਆਪਣੀ ਕਵਿਤਾ 'ਚ ਲਿਖਿਆ। ਕਹਿੰਦੇ ਔਰੰਗਜ਼ੇਬ, ਗੱਲ ਕਸ਼ਮੀਰੀ ਪੰਡਤੋਂ ਜਾ ਕੇ ਕਹਿ ਦਿਓ, ਜੇ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਜਾਣਗੇ, ਪਿੱਛੇ ਸਾਰੇ ਹਿੰਦੂ ਮੁਸਲਮਾਨ ਬਣ ਜਾਣਗੇ। ਗੁਰੂ ਤੇਗ ਬਹਾਦਰ ਸਾਹਿਬ ਨੇ 1675 ਮੱਘਰ ਸੁਦੀ ਪੰਚਮੀ ਨੂੰ ਆਪਣੀ ਸ਼ਹਾਦਤ ਤਾਂ ਦੇ ਦਿੱਤੀ, ਪਰ ਹਿੰਦੂਆਂ ਦੇ ਜਨੇਊ ਨਹੀਂ ਉਤਰਨ ਦਿੱਤੇ। ਮਹਾਰਾਜ ਕਿਹਾ, ਅਸੀਂ ਤਿਲਕ ਤੇ ਜੰਜੂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦੇ ਦੇਵਾਂਗੇ, ਪਰ ਹਿੰਦੂਆਂ ਨੂੰ ਝੁਕਣ ਨਹੀਂ ਦਾਂਗੇ ਤੁਹਾਡੇ ਅੱਗੇ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਹੁਣ ਉਹੀ ਪਹਾੜੀ ਰਾਜੇ ਕੁਰਾਨ ਦੀਆਂ ਕਸਮਾਂ ਖਾਂਦੇ ਨੇ, ਠਾਕੁਰਾਂ ਦੀ ਕਸਮਾਂ ਖਾਂਦੇ ਨੇ, ਗਊਆਂ ਦੀਆਂ ਕਸਮਾਂ ਖਾ ਰਹੇ ਨੇ, ਪਰ ਮਹਾਰਾਜ ਕਿਹਾ, ਸਾਨੂੰ ਤੁਹਾਡੀਆਂ ਕਸਮਾਂ ਤੇ ਐਤਬਾਰ ਨਹੀਂ। ਸੱਚੇ ਪਾਤਸ਼ਾਹ ਕਿਹਾ, ਬਈ ਉਹਨਾਂ ਨੇ ਕਿਹਾ ਜਿਹੜੇ ਪਹਾੜੀ ਰਾਜੇ ਸੀ, ਕਿਹਾ ਮਾਤਾ ਗੁਜਰੀ ਨੂੰ ਕਿਹੋ ਤੁਹਾਡੀ ਧਨ ਤੇ ਸਮੱਗਰੀ ਅਸੀਂ ਸੁਰੱਖਿਅਤ ਬਾਹਰ ਕਢਾ ਦਾਂਗੇ। ਸਾਰੀ ਸਮੱਗਰੀ ਤੁਹਾਡੀ ਹੈ ਮਾਤਾ ਜੀ, ਤੁਸੀਂ ਘਬਰਾਓ ਨਾ, ਅਸੀਂ ਤੁਹਾਨੂੰ ਨਹੀਂ ਕੋਈ ਅਟੈਕ ਕਰਾਂਗੇ, ਕੋਈ ਹਮਲਾ ਨਹੀਂ ਕਰਾਂਗੇ। ਮੈਂ ਹੋਏ
ਚਲਿਹਾਂ ਸੰਗ ਤੁਮਾਰੇ। ਮਾਤਾ ਜੀ ਮੈਂ ਤੁਹਾਨੂੰ ਆਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਤੱਕ ਕੱਢ ਕੇ ਆਵਾਂਗਾ ਜੰਗਲ ਦੇਸ਼ ਤੱਕ। ਭੀਮ ਚੰਦ ਰਾਜਾ ਕਹਿੰਦਾ ਹੈ ਤੁਹਾਡਾ ਸਾਰਾ ਕੇਵਲ ਤੁਹਾਨੂੰ ਨਹੀਂ ਤੁਹਾਡੀਆਂ ਫੌਜਾਂ ਨੂੰ ਸਿੰਘਾਂ ਨੂੰ ਤੁਹਾਡੇ ਦਲ ਨੂੰ ਤੁਹਾਡੇ ਧਨ ਨੂੰ ਤੁਹਾਡੀ ਜਾਨ ਦੇ ਉੱਤੇ ਕੋਈ ਵੀ ਨੁਕਸਾਨ ਨਹੀਂ ਹੋਵੇਗਾ। ਜੇ ਜਿਹੜੀ ਤੁਸੀਂ ਚਿੱਤ ਦੇ ਅੰਦਰ ਚਾਹਨਾ ਚਾਹੁੰਦੇ ਹੋ ਤੁਹਾਨੂੰ ਕੁਝ ਚਾਹੀਦਾ ਉਹ ਵੀ ਅਸੀਂ ਪੂਰੀ ਕਰਾਂਗੇ ਮਾਤਾ ਜੀ। ਲਸ਼ਕਰ ਪਰੇ ਮੋਹੇ ਦੁੱਖ ਮਹਾ। ਮੈਨੂੰ ਪਤਾ ਹੈ ਕਿ ਤੁਹਾਡੇ ਜਿਹੜੇ ਸਿੰਘ ਨੇ ਉਹ ਭੁੱਖੇ ਨੇ, ਦੂਜੇ ਪਾਸੇ ਸਾਡਾ ਲਸ਼ਕਰ ਵੀ ਬੜਾ ਦੁਖੀ ਹੈ। ਮਾਤਾ ਜੀ ਤੁਸੀਂ ਘਬਰਾਓ ਨਾ, ਅਸੀਂ ਜੰਗ ਕੋਈ ਇਸੇ ਚੀਜ਼ ਦਾ ਹੱਲ ਨਹੀਂ ਹੁੰਦਾ। ਖਾਲਸਾ ਜੀ ਜਿਹੜੇ ਪਹਾੜੀ ਰਾਜ ਨੇ ਅੰਦਰੋਂ ਜਿਨ ਮੁੱਖ ਹੋਰ, ਜਿਨ੍ਹਾਂ ਦੇ ਮੁੱਖ ਦੇ ਅੰਦਰ ਹੋਰ, ਹਿਰਦੇ ਚ ਕੁਛ ਹੋਰ, ਸੇ ਕਾਂਢੇ ਕੱਚੇ, ਉਹ ਕੱਚੇ ਨੇ। ਗੁਰੂ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਤਾੜਨਾ ਕਰਦੇ ਨੇ। ਦੇਸ਼ ਗਿਰਨ ਕੋ ਭਇਓ ਬਿਨਾਸ਼ੀ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਤਾਂ ਸਾਡੀ ਗੱਲ ਮੰਨਦੇ ਨੇ, ਪਰ ਹੁਣ ਸਾਡਾ ਦੇਸ਼ ਖਰਾਬ ਹੋ ਰਿਹਾ। 7-2.5 ਲੱਖ ਦੀ ਫੌਜ ਅਨੰਦਪੁਰ ਦੇ ਕਿਲ੍ਹੇ ਤੋਂ ਬਾਹਰ ਬੈਠੀ ਹੈ। ਕਿੰਨਾ ਨੁਕਸਾਨ ਹੋ ਰਿਹਾ, ਕਿੰਨਾ ਜਾਨੀ ਮਾਲੀ ਨੁਕਸਾਨ ਹੋ ਰਿਹਾ। ਕਿਉਂ ਨੁਕਸਾਨ ਕਰਨਾ, ਕਿਲ੍ਹਾ ਛੱਡ ਦਿਓ। ਉਜੜੀ ਪ੍ਰਜਾ ਕਹਾ ਕ੍ਰਿਕ ਰਾਸੀ। ਸਾਰੀ ਪ੍ਰਜਾ ਉਜੜ ਗਈ ਹੈ ਅਨੰਦਪੁਰ ਸਾਹਿਬ। ਸਿੰਘ ਭੁੱਖੇ ਬੈਠੇ ਨੇ, ਘੋੜੇ ਸਾਰੇ ਸ਼ਹੀਦ ਹੋ ਗਏ, ਸਾਡੇ ਵੀ ਦੁਫਾੜ ਪੈ ਰਹੇ ਆਪਸ ਦੇ ਅੰਦਰ। ਤੁਸੀਂ ਕਿਰਪਾ ਕਰੋ, ਅਨੰਦਪੁਰ ਦਾ ਕਿਲ੍ਹਾ ਛੱਡ ਦਿਓ। ਮਾਤਾ ਗੁਜਰੀ ਜੀ ਗੁਰੂ ਗੋਬਿੰਦ ਸਿੰਘ ਨੂੰ ਮਨਾ ਲਵੋ। ਖਾਲਸਾ ਜੀ ਗੁਰੂ ਗੋਬਿੰਦ ਸਿੰਘ ਦੇ ਤੀਰਾਂ ਦੀ ਮਾਰ ਕਿੱਥੇ ਤੱਕ ਪਹੁੰਚੀ ਹੈ ਦੇਖ ਲਓ। ਦਿੱਲੀ ਦਾ ਤਖ਼ਤ ਹਿੱਲਿਆ ਪਿਆ। ਔਰੰਗਜ਼ੇਬ ਬੇਨਤੀਆਂ ਕਰਦਾ ਹੈ, ਅਨੰਦਪੁਰ ਦੀ ਛੋਟੀ ਜਿਹੀ ਪਹਾੜੀ ਤੇ ਪੂਰਾ ਹਿੰਦੁਸਤਾਨ ਦੀ ਫੌਜ, ਪਰ ਗੁਰੂ ਅੱਗੇ ਮਿੰਨਤਾਂ ਪਾ ਰਹੇ ਨੇ। ਗੁਰੂ ਪਾਤਸ਼ਾਹ ਮਹਾਰਾਜ ਅੱਗੋਂ ਆਪਣੀ ਅਣਖ ਤੇ ਕਾਇਮ ਨੇ, ਆਪਣੇ ਬਲ ਤੇ ਕਾਇਮ ਨੇ। ਅੱਜ ਖਾਲਸਾ ਜੀ ਫਾਰਮਰ ਪ੍ਰੋਟੈਸਟ ਦੇ ਅੰਦਰ ਮੋਰਚਾ ਫਤਿਹ ਹੋਇਆ ਖਾਲਸੇ ਦਾ। ਉਹ ਖਾਲਸਾ ਜੀ ਜਿਹੜੇ ਮੋਰਚੇ ਨੇ ਨਾ, ਇਹ ਸ਼ੁਰੂ ਤੋਂ ਹੀ ਗੁਰੂ ਘਰ 'ਚ ਲੱਗਦੇ ਆ ਰਹੇ ਨੇ। ਜਦੋਂ ਹੋਲਗੜ੍ਹ ਦੇ ਕਿਲ੍ਹੇ ਦੇ ਅੰਦਰ ਸੱਚੇ ਪਾਤਸ਼ਾਹ ਮਹਾਰਾਜ ਦੇ ਬਾਹਰ 1,57,000 ਦੀ ਫੌਜ ਸੀ, ਤਦੋਂ ਵੀ ਗੁਰੂ ਨੇ ਘੁੱਟਣੇ ਨਹੀਂ ਟੇਕੇ, ਪਰ ਕੇਸਰੀ ਚੰਦ ਦਾ ਸੀਸ ਵੱਢ ਕੇ ਬਾਬਾ ਉਦੇ ਸਿੰਘ ਜੀ ਬਰਛੇ ਦੇ ਟਾਂਕੇ ਲੈ ਆਏ। ਜਦੋਂ ਹੁਣ ਘੇਰਾ ਪਿਆ, ਤਦੋਂ ਫੇਰ ਦੁਬਾਰਾ ਸਿੰਘਾਂ ਨੂੰ ਬੇਨਤੀ ਕਰਦੇ ਨੇ ਮੋਰਚਾ ਛੱਡ ਦਿਓ। ਸਿੰਘ ਕਹਿੰਦੇ ਅਸੀਂ ਨਹੀਂ ਮੋਰਚਾ ਛੱਡਦੇ। ਖਾਲਸਾ ਜੀ ਸ਼ੁਰੂ ਤੋਂ ਹੀ ਸਿੰਘਾਂ ਨੇ ਕਦੀ ਮੋਰਚਾ ਨਹੀਂ ਛੱਡਿਆ, ਆਪਣੀ ਥਾਂ ਨਹੀਂ ਛੱਡੀ, ਪੜਾਅ ਨਹੀਂ ਛੱਡਿਆ। ਜੁੱਤੀਆਂ ਛੱਡ ਕੇ ਇਹ ਭੱਜਦੇ ਆਏ ਨੇ, ਪਰ ਗੁਰੂ ਕੇ ਸਿੰਘ ਨਹੀਂ ਭੱਜਦੇ ਕਦੇ ਵੀ। ਇਹ ਸ਼ੁਰੂ ਤੋਂ ਮਰਿਆਦਾ ਰਹੀ ਆ ਖਾਲਸੇ ਦੀ। ਜਦੋਂ ਮੱਸੇ ਰੰਗੜ ਦਾ ਸੀਸ ਵੱਢਣ ਗਏ ਸੀ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ, ਦੋ ਸਿੰਘਾਂ ਨੇ ਜਾ ਕੇ ਭਰੇ ਦਰਬਾਰ ਦੇ ਅੰਦਰ, ਦਰਬਾਰ ਸਾਹਿਬ ਦੇ ਅੰਦਰ ਉਹ ਸੀਸ ਵੱਢ ਕੇ ਲੈ ਆਏ ਸੀਗੇ। ਹੈਰਾਨ ਹੋ ਗਏ ਤੁਰਕ ਵੀ ਮੱਸੇ ਰੰਗੜ ਦਾ ਸੀਸ ਵੱਢ ਲਿਆ, ਸਭ ਤੋਂ ਵੱਡਾ ਜਰਨੈਲ ਲਾਹੌਰ ਦਾ, ਅਬਦਾਲੀ ਦਾ ਸੱਜਾ ਹੱਥ, ਸੀਸ ਵੱਢ ਲਿਆ ਉਹਦਾ। ਸੋ ਖਾਲਸਾ ਜੀ ਸ਼ੁਰੂ ਤੋਂ ਗੁਰੂ ਘਰ ਦੀ ਮਰਿਆਦਾ ਰਹੀ ਹੈ। ਤੇ 84 ਦੇ ਅੰਦਰ ਜਦੋਂ ਮਹਾਂਪੁਰਖਾਂ ਦੇ ਅੱਗੇ ਕਿਹਾ ਵੀ ਟੈਂਕ ਚੜਾ ਕੇ ਵੀ ਆ ਗਏ ਬਾਬਾ ਦੀਪ ਸਿੰਘ ਜੀ ਦੀ, ਜਿੱਥੇ ਉਹਨਾਂ ਨੇ ਆਪਣਾ ਸੀਸ ਰੱਖਿਆ ਸੀਗਾ ਪਰਿਕਰਮਾ ਦੇ ਅੰਦਰ, ਉਸ ਤੋਂ ਗਾਹਾਂ ਟੈਂਕ ਨਹੀਂ ਲਿਕਣ ਸਕੇ। ਮਹਾਂਪੁਰਖਾਂ ਨੂੰ ਇੱਥੇ ਤੱਕ ਆਫਰ ਦਿੱਤਾ ਸੀ ਰਾਣੀ ਨੇ, ਦਿੱਲੀ ਦੀ ਨੇ, ਕਿਹਾ ਤੁਹਾਨੂੰ ਹਿੰਦੁਸਤਾਨ ਦੇ ਅੰਦਰ ਕਿੱਥੇ ਦਾ ਸੀਐਮ ਬਣਾ ਦੇਵਾਂਗੇ, ਇੱਕ ਵਾਰੀ ਬਾਹਰ ਆ ਜਾਓ ਘੇਰੇ 'ਚ। ਤੁਸੀਂ ਛੱਡ ਦਿਓ ਹਰਿਮੰਦਰ ਸਾਹਿਬ ਅਤੇ ਅਸੀਂ ਕੋਈ ਸਥਾਨ 'ਤੇ ਗੋਲਾ ਤੋਪ ਨਹੀਂ ਚਲਾਵਾਂਗੇ। ਖਾਲਸਾ ਜੀ ਤਦ ਮਹਾਂਪੁਰਖਾਂ ਨੇ ਉਹ ਥਾਂ ਨਹੀਂ ਛੱਡੀ ਸੀਗੀ। ਸ਼ੁਰੂ ਤੋਂ ਸਿੰਘਾਂ ਨੇ ਕਦੇ ਮੋਰਚਾਬੰਦੀ ਨਹੀਂ ਛੱਡੀ। ਹੁਣ ਕਿੰਨਾ ਕੁਝ ਕਿਹਾ, ਖਾਲਿਸਤਾਨੀ ਕਿਹਾ, ਮਵਾਲੀ ਕਿਹਾ, ਕਿੰਨਾ ਕੁਝ ਸਿੰਘਾਂ ਦੀ ਬੇਦਬੀ ਵਾਲੇ ਸ਼ਬਦ ਕਹੇ, ਪਰ ਖਾਲਸਾ ਜੀ ਗੁਰੂ ਕੇ ਸਿੰਘ ਉੱਥੇ ਲੰਗਰ ਚਲਾਉਂਦੇ ਰਹੇ। ਇੱਕ ਵੀਡੀਓ ਆਈ ਫੇਸਬੁੱਕ 'ਤੇ, ਇੱਕ ਬਜ਼ੁਰਗ ਬਾਬਾ ਜੀ, ਬੜੀ ਭਾਵੁਕ ਕਰਨ ਵਾਲੀ ਵੀਡੀਓ, ਉਹ ਕੈਮਰਾਮੈਨ ਬਾਰ ਬਾਰ ਉਕਸਾ ਰਿਹਾ, ਬਾਰ ਬਾਰ ਕੈਮਰਾ ਕਰ ਰਿਹਾ, ਕਹਿੰਦਾ ਦੁਪਹਿਰ ਦਾ ਟਾਈਮ ਹੋ ਗਿਆ ਸੀ ਤਕਰੀਬਨ 12-1 ਵਜੇ ਦਾ, ਜੂਨ ਜੁਲਾਈ ਦੀ ਵੀਡੀਓ ਹੈ। ਉਹ ਬਾਬਾ ਜੀ ਦੇ ਅੱਗੇ ਬਾਰ ਬਾਰ ਮੂੰਹ ਦੇ ਅੱਗੇ ਕੈਮਰਾ ਕਰੇ, ਕਦੋਂ ਜਾਓਗੇ ਕਦੋਂ ਜਾਓਗੇ। ਉਹ ਕਹਿੰਦੇ ਛੱਡ ਪਰੇ ਤੂੰ ਪਹਿਲਾਂ ਪ੍ਰਸ਼ਾਦਾ ਛਕ ਲਾ, ਆ ਕੇ ਦੁਪਹਿਰ ਬੜੀ ਪੈ ਰਹੀ ਹੈ। ਉਹ ਗੋਦੀ ਮੀਡੀਆ ਵਾਲਾ ਵੀ ਹੈਰਾਨ ਹੋ ਗਿਆ। ਖਾਲਸਾ ਜੀ ਸਿੰਘਾਂ ਦੀ ਜੋ ਰੀਤ ਹੈ, ਮਰਿਆਦਾ ਹੈ, ਉਹ ਸੰਸਾਰ ਤੋਂ ਨਿਆਰੀ ਹੈ। ਉਹ ਸਮਝਣ ਦੇ ਲਈ ਦਿਮਾਗ ਦੀ ਨਹੀਂ, ਸ਼ਰਧਾ ਦੀ ਲੋੜ ਹੈ। ਸਿੰਘਾਂ ਦੀ ਮਰਿਆਦਾ ਬੜੀ ਵਿਲੱਖਣ ਹੈ। ਜੇ ਕਿਤੇ ਦੁਸ਼ਮਣ ਚੜ੍ਹ ਕੇ ਆਇਆ, ਭਾਈ ਘਨੱਈਏ ਨੇ ਪਾਣੀ ਪਿਆਇਆ, ਅੱਗੇ ਦੁਸ਼ਮਣ ਨੂੰ ਕਿਹਾ ਤੂੰ ਤਗੜਾ ਹੋ ਫਿਰ ਲੜਾਈ ਕਰ।
खालसा जी दसवें पातशाह शिकायत पहुंची, महाराज ने भाई कन्हैये नूं डांटिया नहीं, मलम पट्टी दित्ती है। भाई कन्हैया जी मलम पट्टी भी करिया कर। ब्रह्म ज्ञानी की गत ब्रह्म ज्ञानी जन, यह गुरु पातशाह महाराज गुरु गोबिंद सिंह जी ब्रह्म ज्ञानी ने। गुरु पातशाह महाराज की कोई रीस नहीं धरती ते, करते कीमत करता जाना कह जाना गुरसूरा। या तो गुरु गोबिंद सिंह महाराज की गत गुरु गोबिंद सिंह जी जान सकते हैं, या गुरु गोबिंद सिंह महाराज की गत अकाल पुरख वाहिगुरु जान सकते हैं। सो सच्चे पातशाह महाराज दे अगे मिन्नता पा रहे हैं, पर सिंह मोर्चा छड़न लई तैयार नहीं, क्योंकि गुरु पंथ के अंदर सिंह कदे भी पैर पिछे नहीं पटते। शुरू तो मर्यादा रही है, अज की नहीं, सिंघा ने जिथे डट गए सिंह उथे चढ़दी कला हुंदी है। मन हो बिना सहत बच मेरा, कहंदे बिनती करदे ने हे सिंघो, कहंदे भीम चंद कहंदा जाके वकीलो बेनती करियो भी गुरु किला छड़न लई तैयार हो जावे। उत हजरत बहु लिखे पठाए, हजरत नू औरंगजेब भी बेनती कर रहा है, दिल्ली दा हिंदुस्तान दा बादशाह बेनतियां करता है, पर गुरु दे जेड़े सिंह ने उह नहीं मन रहे। औरंगजेब कहंदा तुहानू गोलकुंडे वल सीगा हैदराबाद वल, औरंगाबाद कहंदे गुरु गोबिंद सिंह जी छड्डो आनंदपुर साहब, तुसी आओ साडे कोल उत्थे राज करो, पर महाराज कहंदे असी सिंघां दी राजधानी नहीं छड्डनी। सारे दूतां दे नाल महाराज गुरु गोबिंद सिंह लई स्नेहा घल के भेजदे ने पहाड़ी राजे। माता दे नाल सिंघां नूं निकलण लई बार बार तुसी जोर पाओ। खालसा जी देखो राजनीतिक लोग कित्थे तक गिर जांदे ने, ओह इक तरफो कह रहे ने मेरी मां है गुजरी पहाड़ी राजे, दूजे पासे कहिंदे प्रेशर पाओ किला छडवाओ बाद झोमला कर दो। जिहड़े राजनीतिक लोग हुंदे ने उहनां दा कोई धर्म ही नहीं मान नहीं हुंदा, वह इस तरह अपने बचनां तों मुकर जांदे ने, वह जुमले बना लैंदे ने। जिहड़े राजनीतिक लोग ने उहनां दा कोई दीन धर्म ही मान नहीं हुंदा, पर धार्मिक लोग मासूम हुंदे ने अंदरों, वह उहनां दी गल्लां च आ जांदे ने ते वह ठगे जांदे ने। गुरु पातशाह महाराज के कोल आए, क्योंकि सिद्धा तो माता गुजरी को जा नहीं सकते सी। जिहड़ा पम्मा पुरोहित है पहाड़ी राजिआं दा पुरोहित, जिन्हों असी कुल गुरु कह दें, उपरंत जिहड़े वकील सीगे तुरकां दे, जबरदस्त खान दा, ख्वाजा मरदूद दा, वह सारे कट्ठे होके गुरु गोबिंद सिंह कोल पहला आए। हाथ जोड़ कर सीस निवाए, हाथ जोड़ के बेनती कीती गुरु गोबिंद सिंह महाराज, बैठ गए फिर तांत खजाना। सच्चे पातशाह महाराज जी श्री सतगुरु सुजान महाना, महाराज जानी जान जान गए, घट घट के अंतर की जानत, भले बुरे की पीर पछानत, सारिआं दे दिलां दी जानण वाले गुरु गोबिंद सिंह उन्हां दे दिल दी भी जान गए। ਉਮਰਾਵਨ ਅਰ ਕਿਰਪਤ ਸਾਰੇ ਕਹਿੰਦੇ ਮਹਾਰਾਜ, ਉਮਰਾਵ ਕਹਿੰਦੇ ਨੇ ਜਿਹੜੇ ਸਾਰੇ ਜਰਨੈਲ, ਜਿਹੜੇ ਅਸੀਂ ਕਹਿ ਲਈਏ ਵੀ ਮੇਨ ਫੌਜ ਨੂੰ ਲੈ ਕੇ ਆਏ ਹੁੰਦੇ ਨੇ, ਜਿਵੇਂ ਸਾਰੇ ਸੋਲਜਰਸ ਦਾ ਇੱਕ ਮੇਨ ਜਰਨਲ ਹੁੰਦਾ, ਉਵੇਂ ਲਾਹੌਰ ਤੋਂ ਜਿਹੜਾ ਆਇਆ ਸੀ ਉਹਨਾਂ ਦਾ ਜਰਨਲ ਜ਼ਬਰਦਸਤ ਖਾਨ ਸੀ, ਜਿਹਨੂੰ ਖਾਲਸਾ ਜ਼ੇਰਦਸਤ ਕਹਿੰਦਾ, ਜਿਹੜਾ ਸਰਹੰਦ ਤੋਂ ਫੌਜ ਲੈ ਕੇ ਆਇਆ ਵਜ਼ੀਰ ਖਾਨ, ਉਹਦਾ ਵਕੀਲ ਆਇਆ ਸੀ, ਤੀਸਰਾ ਦਿੱਲੀ ਤੋਂ ਖਵਾਜਾ ਮਰਦੂਦ ਆਇਆ ਸੀ, ਉਹਦਾ ਵਕੀਲ ਸੀਗਾ। ਇਹ ਸਾਰੇ ਇਕੱਠੇ ਹੋ ਕੇ ਇਹਨਾਂ ਨੇ ਆਪਣਾ ਇੱਕ ਸਿਆਣਾ ਬੰਦਾ ਅੱਗੇ ਗੱਲ ਕਰਨ ਲਈ ਭੇਜਿਆ, ਕਿਉਂਕਿ ਜਿਹੜਾ ਵਿਚੋਲਾ ਹੁੰਦਾ ਨਾ ਉਹ ਪਿਆਰ ਨਾਲ ਗੱਲ ਕਰਦਾ, ਦੋਨਾਂ ਦਾ ਗੁੱਸਾ ਆਪਸ ਦੇ ਅੰਦਰ ਸ਼ੇਅਰ ਨਹੀਂ ਕਰਦਾ। ਜੇ ਮੰਨ ਲਓ ਸਾਹਮਣੇ ਨੇ ਗੱਲ ਕਹੀ ਹੈ, ਉਹ ਜਾ ਕੇ ਦੂਜੇ ਨੂੰ ਨਹੀਂ ਕਹਿੰਦਾ, ਕਿਉਂਕਿ ਉਹਨੇ ਗੱਲ ਨੂੰ ਸੈਟਲ ਆਊਟ ਕਰਾਉਣਾ, ਕੰਪਰੋਮਾਈਜ਼ ਕਰਾਉਣਾ। ਅਤੇ ਉਹ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ, ਜਿਹੜੇ ਪਹਾੜੀ ਰਾਜੇ ਨੇ ਨਾ ਉਹ ਤੁਹਾਡੇ ਅੱਗੇ ਹੁਣ ਝੁਕਦੇ ਨੇ। सच्चे पातशाह महाराज हजरत औरंगजेब ने पाक ग्रंथ कुराने शरीफ दे उत्ते एक चिट्ठी अपने हाथ दे नाल हस्त कमलां दे नाल लिख के भेजी है, जिदे अंदर है लिखिया है तुसी आनंदपुर दा किला छड्डो ते असी कुरान दी सौं चकदे आं, ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ। ਬੋਲਨ ਆਪ ਸਾਥ ਲਲਚਾਈ, ਉਹ ਮਹਾਰਾਜ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ। ਇੱਥੇ ਤੱਕ
ਅਸੀਂ ਤਾਂ ਐ ਵੀ ਗੱਲ ਔਰੰਗਜ਼ੇਬ ਦੇ ਮੂੰਹੋਂ ਸੁਣੀ ਹੈ ਉਹ ਤੁਹਾਡੇ ਬਾਣਾਂ ਦੀ ਤੁਹਾਡੇ ਤੀਰਾਂ ਦੀ ਬਹੁਤ ਤਾਰੀਫ ਕਰਦਾ ਹੈ ਤੁਹਾਡੇ ਜੰਗ ਦੇ ਗੁਣ ਤੁਹਾਡੇ ਰਾਜਨੀਤੀ ਦੇ ਗੁਣ ਤੁਹਾਡੇ ਮਹਾਰਾਜ ਵਿਦਵਤਾ ਦੇ ਗੁਣ ਗਿਆਨ ਦੇ ਗੁਣ ਸੁਣ ਕੇ ਔਰੰਗਜ਼ੇਬ ਬਹੁਤ ਪ੍ਰਭਾਵਿਤ ਹੈ ਸੱਚੇ ਪਾਤਸ਼ਾਹ ਮਹਾਰਾਜ ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਇੱਕ ਵਾਰੀ ਮੇਰੇ ਕੋਲ ਦਾਵਤ ਤੇ ਆਉਣ ਕਿਉਂ ਨਹੀਂ ਆਉਂਦੇ ਹੋ ਮੇਰੇ ਕੋਲ ਸੱਚੇ ਪਾਤਸ਼ਾਹ ਮਹਾਰਾਜ ਜੇ ਤੁਸੀਂ ਚਾਹੁੰਦੇ ਹੋ ਤੇ ਤੁਸੀਂ ਇੱਕ ਵਾਰੀ ਔਰੰਗਜ਼ੇਬ ਦੇ ਨਾਲ ਆਪਣਾ ਮੇਲ ਕਰ ਲਵੋ ਕਹਿੰਦੇ ਹੋਰ ਕੋਈ ਗੱਲ ਆਪਾਂ ਵਧਾਣੀ ਕਿਉਂ ਹੈ ਜੰਗ ਕਿਉਂ ਕਰਨਾ ਪ੍ਰੇਮ ਦੇ ਨਾਲ ਮਿਲ ਜੁਲ ਕੇ ਗੱਲ ਸੁਲਝਾ ਲਵੋ ਗੁਰੂ ਗੋਬਿੰਦ ਸਿੰਘ ਜੰਗ ਦੀ ਗੱਲ ਛੱਡ ਦੇ ਮਹਾਰਾਜ ਜੰਗ ਦੀ ਗੱਲ ਤੋਂ ਬਹੁਤ ਡਰ ਲੱਗਦਾ ਹੈ ਜਿਸ ਮਹਿ ਮ੍ਰਿਤਯੂ ਹੋਏ ਸਭ ਹੀ ਕੀ ਜਿਹਦੇ ਨਾਲ ਸਾਰਿਆਂ ਦੀ ਮ੍ਰਿਤਯੂ ਹੋਣੀ ਹੈ ਜੰਗ ਕੀ ਬਾਤ ਸਭ ਤੇ ਬੁਰੀ ਉਹ ਜੰਗ ਦੀ ਗੱਲ ਕਿਉਂ ਕਰਨੀ ਹੈ ਸੱਚੇ ਪਾਤਸ਼ਾਹ ਇੱਕ ਵਾਰ ਤਜ ਤੁਰਕ ਸਿਧਾਰੋ ਇੱਕ ਵਾਰੀ ਬਸ ਕਿਲਾ ਛੱਡ ਦਿਓ ਉਹਨ ਜਹੇ ਇੱਛਾ ਤਹਾਂ ਬਿਹਾਰ ਉਹਦੇ ਬਾਅਦ ਜਿਹੜੀ ਤੁਹਾਡੀ ਇੱਛਾ ਹੋਏਗੀ ਉਹ ਪੂਰੀ ਕਰ ਦੇਵਾਂਗੇ ਕਹੀ ਨਾ ਤਿਨ ਕੀ ਸਤਿਗੁਰ ਮਾਨੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾਨ ਦੇ ਮੁੱਠੇ ਦੇ ਹੱਥ ਰੱਖ ਲਿਆ ਜਦੋਂ ਲੇਤਰ ਲਾਲ ਦੇਖੇ ਇਕਦਮ ਆਪਣੇ ਪੈਰ ਪਿੱਛੇ ਨੂੰ ਕਰੇ ਵਕੀਲਾਂ ਨੇ ਮਹਾਰਾਜ ਕਿਹਾ ਤੁਹਾਨੂੰ ਇੱਕ ਵਾਰੀ ਕਹੀਏ ਕਿ ਹਜ਼ਾਰ ਵਾਰੀ ਕਹੀਏ ਅਸੀਂ ਕਿਲਾ ਨਹੀਂ ਛੱਡਣਾ ਤੁਮ ਸਭ ਝੂਠ ਕਹਿਤ ਹੋ ਬਾਨੀ ਮਹਾਰਾਜ ਕਹਿੰਦੇ ਅਸੀਂ ਜਾਣਦੇ ਹਾਂ ਖਾਲਸਾ ਜੀ ਕਿਸੇ ਦੇ ਮੂੰਹ ਦੇ ਉੱਤੇ ਸੱਚ ਬੋਲਣ ਦੀ ਹਿੰਮਤ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਤੋਂ ਉੱਤੇ ਕੋਈ ਨਹੀਂ ਰੱਖ ਸਕਦਾ ਉਹ ਵਕੀਲ ਨੇ ਬਾਦਸ਼ਾਹ ਹਿੰਦੁਸਤਾਨ ਦੇ ਔਰੰਗਜ਼ੇਬ ਦੇ ਉਹਨਾਂ ਦੇ ਮੂੰਹ ਤੇ ਕਿਹਾ ਤੁਸੀਂ ਸਭ ਤੋਂ ਵੱਡੇ ਝੂਠੇ ਤੇ ਮੱਕਾਰ ਹੋ ਤੇ ਤੁਹਾਡਾ ਬਾਦਸ਼ਾਹ ਔਰੰਗਜ਼ੇਬ ਤੇ ਪਹਾੜੀ ਰਾਜੇ ਉਸ ਤੋਂ ਵੱਡੇ ਵੀ ਝੂਠੇ ਨੇ ਜੋ ਨਿਤ ਪੂਜਾ ਕਰੇ ਪਖਾਨ ਜੇ ਤੁਸੀਂ ਪੂਜਾ ਕਰਦੇ ਹੋ ਪੱਥਰਾਂ ਨੂੰ ਪੂਜਦੇ ਹੋ ਤੇ ਤੁਹਾਡੀ ਬੁੱਧ ਵੀ ਵੈਸੀ ਜੜ ਬੁੱਧੀ ਹੋ ਗਈ ਹੈ ਪੱਥਰਾਂ ਨੂੰ ਪੂਜ ਪੂਜ ਕੇ ਔਰ ਔਰੰਗਜ਼ੇਬ ਦਾ ਅਸੀਂ ਵਿਸ਼ਵਾਸ ਕਰੀਏ ਔਰੰਗਜ਼ੇਬ ਦਾ ਅਸੀਂ ਇਤਬਾਰ ਕਿੱਦਾਂ ਕਰੀਏ ਹੁਣੇ ਤਾਂ ਅਸੀਂ ਧਨ ਭੇਜਿਆ ਸੀਗਾ ਗੱਡਿਆਂ ਤੇ ਲੱਦ ਕੇ ਉਹ ਲਿੱਦ ਵੀ ਤੁਸੀਂ ਲੁੱਟ ਲਈ ਉਹ ਬਚਨ ਵੀ ਮਹਾਰਾਜ ਚੇਤੇ ਕਰਾਉਂਦੇ ਨੇ ਤੇ ਸ਼ਰਮਿੰਦਾ ਹੁੰਦੇ ਨੇ ਵਕੀਲ ਰਾਜ ਹੇਤ ਕਰ ਪਿਤਾ ਬਿਨਾਸੂ ਔਰੰਗਜ਼ੇਬ ਨੇ ਤੇ ਆਪਣੇ ਪਿਓ ਸ਼ਾਹਜਹਾਨ ਨੂੰ ਉਹਦਾ ਨਾ ਖਾਲਸਾ ਜੀ ਆਪਣੇ ਪਿਓ ਨੂੰ ਉਹਨੇ ਬੰਦੀ ਬਣਵਾ ਲਿਆ ਔਰੰਗਜ਼ੇਬ ਨੇ ਤੇ ਉਹਦੇ ਪਿਓ ਨੂੰ ਰੋਟੀ ਨਹੀਂ ਦਿੱਤੀ 72 ਘੰਟੇ ਹੋ ਗਏ 3 ਦਿਨ ਹੋ ਗਏ ਰੋਟੀ ਨਹੀਂ ਦਿੱਤੀ ਤੇ ਪਿਓ ਨੇ ਉਕਲਾ ਕੇ ਕਿਹਾ ਵੀ ਮੈਨੂੰ ਰੋਟੀ ਤਾਂ ਦੇ ਦੇ ਪੁੱਤਰ ਮੇਰਾ ਤਖ਼ਤ ਤੇ ਬੈਠਾ ਸੀ ਬਾਦਸ਼ਾਹ ਸੀ ਹਿੰਦੁਸਤਾਨ ਦਾ ਅਗਲੇ ਦਿਨ ਸਵੇਰੇ ਕਹਿੰਦਾ ਪਿਤਾ ਜੀ ਤੁਹਾਨੂੰ ਨਾਸ਼ਤਾ ਮਿਲੇਗਾ ਆਪਣੇ ਭਰਾ ਦਾਰਾ ਸ਼ਿਕੋਹ ਦਾ ਗਲਾ ਵੱਢ ਕੇ ਥਾਲ ਦੇ ਅੰਦਰ ਰੱਖ ਕੇ ਉੱਪਰ ਕੱਪੜਾ ਪਾ ਕੇ ਔਰੰਗਜ਼ੇਬ ਨੇ ਆਪਣੇ ਪਿਓ ਸ਼ਾਹਜਹਾਨ ਦੇ ਕਾਰਾਗ੍ਰਹਿ ਜੇਲ੍ਹ ਦੇ ਅੰਦਰ ਭਿਜਵਾ ਦਿੱਤਾ ਸੀ ਕਹਿੰਦਾ ਲੈ ਨਾਸ਼ਤਾ ਕਰ ਲੈ ਦਸਵੇਂ ਪਾਤਸ਼ਾਹ ਕਹਿੰਦੇ ਔਰੰਗਜ਼ੇਬ ਤੇ ਇਤਬਾਰ ਕਰੀਏ ਜਿਹਨੇ ਆਪਣੇ ਪਿਓ ਨੂੰ ਕੈਦ ਕਰਵਾ ਕੇ ਮਰਵਾ ਦਿੱਤਾ ਸੀ ਵੱਡਾ ਭਰਾਤ ਜੋ ਦਾਰ ਸ਼ਿਕੋਹ ਕਵੀ ਰਾਜ ਭਾਈ ਸੰਤੋਖ ਸਿੰਘ ਨੇ ਉਹ ਗੱਲ ਕਹਿ ਹੀ ਦਿੱਤੀ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਦਾਰਾ ਸ਼ਿਕੋਹ ਜਿਹੜਾ ਸੀਗਾ ਉਹ ਵੱਡਾ ਭਰਾ ਸੀ ਔਰੰਗਜ਼ੇਬ ਦਾ ਇਹ ਤਖ਼ਤ ਤੇ ਬੈਠਣ ਲਈ ਆਪਣੇ ਭਰਾ ਦਾ ਗਲਾ ਵਢਵਾ ਦਿੱਤਾ ਸੀ ਇਹਨੇ ਸ਼ਾਹਜਹਾਨ ਜਿਹੜਾ ਸੀ ਨਾ ਉਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਸਮੇਂ ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਦੇ ਸਮੇਂ ਕਾਫ਼ੀ ਗੁਰੂ ਘਰ ਦੇ ਨਾਲ ਮੇਲ ਜੋਲ ਰੱਖਦਾ ਸੀ ਇੱਕ ਵਾਰੀ ਕੀਰਤਪੁਰ ਸਾਹਿਬ ਦੇ ਕੋਲੋਂ ਲੰਘਿਆ ਤੇ ਕੀਰਤਨ ਹੋ ਰਿਹਾ ਸੀ ਅੰਮ੍ਰਿਤ ਵੇਲੇ ਆਸਾਂ ਦੀ ਵਾਰ ਦਾ ਆਸਾਂ ਦੀ ਵਾਰ ਦੇ ਕੀਰਤਨ 'ਚ ਆ ਕੇ ਬਹਿ ਗਿਆ ਸ਼ਾਹਜਹਾਨ ਤੇ ਪੰਕਤੀ ਸੁਣੀ ਇੱਕ ਨਦਰ ਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਇੰਦਾ ਕਹਿੰਦਾ ਦੀਵਾਨ ਤੋਂ ਬਾਅਦ ਮਹਾਰਾਜ ਨੂੰ ਪੁੱਛਦਾ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹ ਕੀ ਪੰਕਤੀ ਗੁਰੂ ਨਾਨਕ ਸਾਹਿਬ ਨੇ ਲਿਖੀ ਹੈ ਕਿ ਨਦਰ ਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਇੰਦਾ ਇਹਦਾ ਅਰਥ ਕੀ ਹੈ ਮਹਾਰਾਜ ਕਹਿੰਦੇ ਜੇ ਪਰਮੇਸ਼ਵਰ ਦੀ ਨਦਰ ਪੁੱਠੀ ਹੋ ਜਾਵੇ ਨਾ ਤੇ ਸੁਲਤਾਨ ਬਾਦਸ਼ਾਹ ਦੇ ਮੂੰਹਾਂ 'ਚ ਘਾਹ ਪੈ ਜਾਂਦਾ ਕਿਹਾ ਮਹਾਰਾਜ ਮੈਂ ਨਹੀਂ ਮੰਨਦਾ ਇਹ ਗੱਲ ਨੂੰ ਗੁਰੂ ਹਰਿਰਾਏ ਸਾਹਿਬ ਕਿਸੇ ਮੌਜ 'ਚ ਬੈਠੇ ਸਨ ਮੌਜ 'ਚ ਬੈਠੇ ਬੈਠੇ ਮਹਾਰਾਜ ਨੇ ਕਿਹਾ ਚੱਲ ਕੋਈ ਗੱਲ ਨਹੀਂ ਸਮਾਂ ਆਵੇਗਾ ਬਚਨ ਵੀ ਤੈਨੂੰ ਦਰਸ਼ਨ ਹੋ ਜਾਣਗੇ ਤੇ ਜਦੋਂ ਔਰੰਗਜ਼ੇਬ ਇਹਨੂੰ ਕੈਦ ਕਰਕੇ ਔਰੰਗਾਬਾਦ ਤੋਂ ਦਿੱਲੀ ਹਾਥੀ 'ਤੇ ਲੈ ਕੇ ਆ ਰਿਹਾ ਸੀ ਸਾਰੇ ਸੰਸਾਰ ਨੂੰ ਦਿਖਾਉਣ ਲਈ ਵੀ ਮੈਂ ਆਪਣੇ ਪਿਓ ਨੂੰ ਵੀ ਕੈਦ ਕਰ ਸਕਦਾ ਤੁਸੀਂ ਸੰਸਾਰ ਦੇ ਬੰਦੇ ਕੀ ਚੀਜ਼ ਹੋ ਤੇ ਉੱਥੇ ਬਾਦਸ਼ਾਹ ਸ਼ਾਹਜਹਾਨ ਨੇ ਜਿਹੜਾ ਮਹਾਵਤ ਹੁੰਦਾ ਨਾ ਜਿਹੜਾ ਹਾਥੀ ਨੂੰ ਚਲਾਉਂਦਾ ਉਹਨੂੰ ਕੁਝ ਅਸ਼ਰਫੀਆਂ ਕੱਢ ਕੇ ਇੱਕ ਅੱਧੀ ਦਿੱਤੀ ਵੀ ਮੈਂ ਕੁਝ ਖਾਇਆ ਨਹੀਂ ਮੈਨੂੰ ਥੱਲੇ ਉੱਤਰ ਕੇ ਪਿਸ਼ਾਬ ਕਰ ਲੈਣ ਦੇ ਤੇ ਨਾਲੇ ਮੈਂ ਕੁਝ ਖਾ ਲਵਾਂ
ਉਹ ਮਹਾਵਤ ਨੇ ਪੈਸੇ ਦੇਖੇ ਤੇ ਸ਼ਾਮ ਜੇ ਨੂੰ ਵੇਲੇ ਨਾ ਉਹਨੂੰ ਹਾਥੀ ਤੋਂ ਥੱਲੇ ਲਵਾ ਦਿੱਤਾ ਸ਼ਾਹਜਹਾਂ ਨੇ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਔਰੰਗਜ਼ੇਬ ਦੇ ਪਿਓ ਨੂੰ ਤੇ ਜਦੋਂ ਉਹਨੇ ਜਿੱਥੇ ਪਿਸ਼ਾਬ ਕੀਤਾ ਉਸੀ ਖੇਤਾਂ ਦੇ ਅੰਦਰ ਨਾ ਛੋਲੇ ਲੱਗੇ ਹੋਏ ਸੀਗੇ ਉਹਨੇ ਉਹ ਕੱਚੇ ਘਾਹ ਦੇ ਚੱਕ ਕੇ ਮੂੰਹ ਚ ਪਾ ਲਏ ਤੇ ਆਪਣੀ ਭੁੱਖ ਮਿਟਾ ਲਈ ਜਦੋਂ ਭੁੱਖ ਲੱਗੀ ਹੋਵੇ ਫਿਰ ਹਰ ਚੀਜ਼ ਸਵਾਦ ਲੱਗਦੀ ਹੈ ਸੱਚੇ ਪਾਤਸ਼ਾਹ ਮਹਾਰਾਜ ਦਾ ਬਚਨ ਚੇਤੇ ਆ ਗਿਆ ਨਦਰ ਨੂੰ ਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਈ ਕਹਿੰਦਾ ਅੱਜ ਮੈਂ ਵੀ ਮੂੰਹ ਚ ਘਾਹ ਪਾ ਕੇ ਖਾ ਲਿਆ ਗੁਰੂ ਹਰਿਰਾਏ ਸਾਹਿਬ ਸੱਚੀ ਕਹਿੰਦੇ ਸਨ ਮਹਾਰਾਜ ਨੇ ਮੈਨੂੰ ਜਿਹੜਾ ਬਚਨ ਕਿਹਾ ਸੀ ਨਾ ਬਈ ਜੇ ਕਿਤੇ ਪਰਮੇਸ਼ਵਰ ਦੀ ਨਗਰ ਨਦਰ ਟੇਢੀ ਹੋ ਜਾਵੇ ਤਦੋਂ ਫਿਰ ਸੁਲਤਾਨਾ ਨੂੰ ਵੀ ਘਾਹ ਮੂੰਹ ਚ ਪਾਉਣਾ ਪੈ ਜਾਂਦਾ ਖਾਲਸਾ ਜੀ ਝੁਕਣਾ ਪੈ ਜਾਂਦਾ ਦੰਬੀਆਂ ਤੇ ਪਖੰਡੀਆਂ ਨੂੰ ਜਿੰਨਾ ਵਰਜੀ ਵੱਡਾ ਡੰਬਰ ਸੀਗਾ ਹਰਨਾਕਸ਼ ਦਾ ਨਾ ਦਿਨੇ ਮਰਾਂ ਨਾ ਰਾਤ ਮਰਾਂ ਨਾ ਅੰਦਰ ਮਰਾਂ ਨਾ ਬਾਹਰ ਮਰਾਂ ਨਾ ਬੰਦੇ ਤੋਂ ਮਰਾਂ ਨਾ ਜਾਨਵਰ ਤੋਂ ਮਰਾਂ ਜਦੋਂ ਪਰਮੇਸ਼ਵਰ ਦੀ ਨਜ਼ਰ ਹੋਈ ਨਾ ਤੇ ਨਰਸਿੰਘ ਭਗਵਾਨ ਦਾ ਅਵਤਾਰ ਧਾਰ ਕੇ ਹਰਨਾਕਸ਼ ਨੂੰ ਪੱਟਾਂ ਤੇ ਲੈ ਕੇ ਦਿਖਾਇਆ ਕਹਿੰਦੇ ਉਹ ਦੇਖ ਸੰਧਿਆ ਦਾ ਵੇਲਾ ਨਾ ਦਿਨ ਨਾ ਰਾਤ ਨਾ ਤੂੰ ਘਰ ਦੇ ਅੰਦਰ ਨਾ ਤੂੰ ਘਰ ਦੇ ਬਾਹਰ ਇਹ ਦੇਖ ਤੈਨੂੰ ਦਿਓੜੀ ਤੇ ਬਿਠਾਇਆ ਨਾ ਧਰਤੀ ਤੇ ਨਾ ਆਸਮਾਨ ਤੇ ਤੂੰ ਮੇਰੇ ਪੱਟਾਂ ਤੇ ਹੈ ਨਾ ਤੂੰ ਕਿਹਾ ਸੀ ਸ਼ਸਤਰ ਤੋਂ ਮਰਾਂ ਨਾ ਅਸਤਰ ਤੋਂ ਮਰਾਂ ਨਰਸਿੰਘ ਭਗਵਾਨ ਨੇ ਆਪਣੇ ਨਹੁੰ ਅੱਗੇ ਕੀਤੇ ਕਹਿੰਦੇ ਤੇਰੀ ਆਂਤੜੀਆਂ ਮੈਂ ਆਪਣੇ ਨਹੁੰਆਂ ਨਾਲ ਪਾੜਾਂਗਾ ਨਾ ਅਸਤਰ ਹੈ ਨਾ ਸ਼ਸਤਰ ਹੈ ਕਿਉਂਕਿ ਅਸਤਰ ਉਹਨੂੰ ਕਹਿੰਦੇ ਨੇ ਜਿਸ ਤਰ੍ਹਾਂ ਤੀਰ ਕਮਾਨ ਹੋ ਗਿਆ ਤੇ ਸ਼ਸਤਰ ਜਿਹੜਾ ਹੁੰਦਾ ਜਿਸ ਤਰ੍ਹਾਂ ਤੀਰ ਕਮਾਨ ਅਸਤਰ ਕਹਿੰਦੇ ਨੇ ਢਾਲ ਨੂੰ ਜਿਹੜਾ ਬਚਾਉਂਦਾ ਤੇ ਨਹੁੰ ਜਿਹੜੇ ਨੇ ਨਾ ਅਸਤਰ ਨੇ ਨਾ ਸ਼ਸਤਰ ਨੇ ਤੇ ਕਿਹਾ ਨਾ ਦਿਨ ਨਾ ਰਾਤ ਨਾ ਧਰਤੀ ਨਾ ਆਕਾਸ਼ ਨਾ ਦਿਨ ਨਾ ਰਾਤ ਨਾ ਧਰਤੀ ਨਾ ਆਕਾਸ਼ ਹਰਨਾਕਸ਼ ਉਹ ਪਾੜ ਕੇ ਮਾਰਿਆ ਮਹਾਰਾਜ ਲਿਖਿਆ ਬਾਣੀ ਚ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਕਸ਼ ਦੁਸ਼ਟਰ ਮਾਰਿਆ ਸੋ ਖਾਲਸਾ ਜੀ ਜਦੋਂ ਪਰਮਾਤਮਾ ਦੀ ਨਜ਼ਰ ਹੁੰਦੀ ਹੈ ਨਾ ਤਦੋਂ ਜਿੰਨੀ ਮਰਜ਼ੀ ਵਿਦ ਬੰਦਾ ਬਣਾ ਲਵੇ ਜਦ ਪਰਮਾਤਮਾ ਦੀ ਨਜ਼ਰ ਹੋ ਗਈ ਉਪੱਠੀ ਜੇ ਟੇਢੀ ਨਜ਼ਰ ਹੋ ਗਈ ਫਿਰ ਉਹਨੂੰ ਕੋਈ ਨਹੀਂ ਬਚਾ ਸਕਦਾ ਸੋ ਹੁਣ ਪਹਾੜੀ ਰਾਜੇ ਕਹਿ ਰਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਹਾਰਾਜ ਨਹੀਂ ਹਮਲਾ ਕਰਾਂਗੇ ਮਹਾਰਾਜ ਕਹਿੰਦੇ ਤੁਹਾਡੇ ਬਾਦਸ਼ਾਹ ਔਰੰਗਜ਼ੇਬ ਤੇ ਤਬਾਰ ਕਰੀਏ ਜਿਹਨੇ ਪਿਓ ਨੂੰ ਮਰਵਾ ਦਿੱਤਾ ਦਾਰਾ ਸ਼ਿਕੋ ਦਾ ਗਲਾ ਕਟਵਾ ਦਿੱਤਾ ਤੇ ਆਪਣੇ ਭਰਾ ਤੇ ਪਿਓ ਨੂੰ ਮਾਰਨ ਵਾਲੇ ਬੰਦੇ ਦੇ ਉੱਤੇ ਕੁਰਾਨ ਦੀ ਖਾਈ ਕਸਮ ਤੇ ਮੈਨੂੰ ਤਬਾਰ ਨਹੀਂ ਸਤਸੰਗੀ ਤੇ ਸੋ ਕਰ ਧਰੋਹ ਤੁਸੀਂ ਦਾਰਾ ਸ਼ਿਕੋ ਬਹੁਤ ਸਤਸੰਗੀ ਬੰਦਾ ਸੀ ਬੜਾ ਚੰਗਾ ਬੰਦਾ ਸੀ ਧਾਰਮਿਕ ਬੰਦਾ ਸੀ ਤੁਸੀਂ ਉਹਦੇ ਨਾਲ ਉਹਨੂੰ ਮਰਵਾ ਦਿੱਤਾ ਤੇ ਤੁਸੀਂ ਹੁਣ ਕਹਿੰਦੇ ਹੋ ਔਰੰਗਜ਼ੇਬ ਦੀ ਗੱਲ ਤੇ ਤਬਾਰ ਕਰ ਲਈਏ ਗੁਰੂ ਗੋਬਿੰਦ ਸਿੰਘ ਮਹਾਰਾਜ ਝੂਠਾ ਕਰਕੇ ਉਹਨਾਂ ਨੂੰ ਮਾਰ ਰਹੇ ਨੇ ਮਾਰ ਦਿਓ ਨਹਿ ਬਿਲ ਬਲਗਾਈ ਤੁਸੀਂ ਮਾਰਦੇ ਹੋਏ ਇੱਕ ਖਿਨ ਵੀ ਨਹੀਂ ਲਾਇਆ ਉਹਨੂੰ ਸਤਸੰਗੀ ਬੰਦੇ ਨੂੰ ਸ਼ਰਮਤ ਵਰਗੇ ਫਕੀਰਾਂ ਨੂੰ ਮਾਰਿਆ ਕਸ਼ਮੀਰੀ ਪੰਡਤਾਂ ਤੇ ਜ਼ੁਲਮ ਢਾਇਆ ਸੋ ਖਾਲਸਾ ਜੀ ਇਸ ਪ੍ਰਕਾਰ ਗੁਰੂ ਨੇ ਗੁਰੂ ਦੇ ਉੱਤੇ ਮਹਾਰਾਜ ਨੇ ਉਹਨਾਂ ਨੂੰ ਇਨਕਾਰ ਕਰ ਦਿੱਤਾ ਤਿਮਹੀ ਅਪਰਹਤੇ ਜੁਗ ਭਾਈ ਕਹਿੰਦੇ ਦੋਨੇ ਭਰਾ ਮਰਵਾ ਦਿੱਤੇ ਔਰੰਗਜ਼ੇਬ ਨੇ ਇਸ ਪ੍ਰਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੂੰ ਲਾਂਤਾਂ ਪਾਉਂਦੇ ਨੇ ਸੋ ਅਬ ਕਹਾ ਅਹਦ ਕੋ ਜਨ ਹੈ ਹੁਣ ਤੂੰ ਕਿੱਥੇ ਜਾਣਦਾ ਬਾਕੀ ਦੋ ਭਰਾਵਾਂ ਨੂੰ ਵੀ ਮਰਾ ਕੇ ਅਹਦ ਕਹਿੰਦੇ ਨੇ ਕਸਮ ਨੂੰ ਤੇ ਤੁਹਾਡੀ ਕਸਮ ਤੇ ਤਬਾਰ ਕਰੀਏ ਮਹਾਰਾਜ ਕਹਿੰਦੇ ਲਾਹਨਤ ਹੈ ਤੁਹਾਡੇ ਤੁਰਕਾਂ ਤੇ ਤੁਸੀਂ ਕੁਰਾਨ ਦੀਆਂ ਝੂਠੀਆਂ ਕਸਮਾਂ ਖਾਂਦੇ ਹੋ ਦੌਲਤ ਹੀ ਖੁਦਾ ਕਰ ਮੰਨੇ ਤੁਸੀਂ ਤੇ ਦੌਲਤ ਨੂੰ ਖੁਦਾ ਮੰਨਦੇ ਹੋ ਪਰਮੇਸ਼ਵਰ ਨੂੰ ਖੁਦਾ ਥੋੜੇ ਹੀ ਮੰਨਦੇ ਹੋ ਪਾਕ ਗ੍ਰੰਥ ਕੁਰਾਨ ਸ਼ਰੀਫ ਦਾ ਸਤਿਕਾਰ ਥੋੜੇ ਹੀ ਕਰਦੇ ਹੋ ਤੁਹਾਡੇ ਲਈ ਤੇ ਧੰਨ ਗੁਰੂ ਹੈ ਪਰਮਾਤਮਾ ਹੈ ਇਤਿਆਦਿਕ ਸਤਿਗੁਰੂ ਸੁਣਾਈ ਸਤਿਗੁਰਾਂ ਨੇ ਬੜੇ ਕਰੜੇ ਵਚਨ ਸੁਣਾਏ ਵਕੀਲ ਪਾਣੀ ਪਾਣੀ ਹੋਵੇ ਉਹਨ ਉੱਠ ਗਏ ਜਹਾਂ ਥਿਰ ਮਾਈ ਤੇ ਜਿੱਥੋਂ ਬੈਠੇ ਸੀਗੇ ਖੜੇ ਹੋ ਗਏ ਭੇਦ ਦੰਡ ਸੋ ਬਾਤ ਮਿਲਾਵੇ ਸੱਚੇ ਪਾਤਸ਼ਾਹ ਮਹਾਰਾਜ ਤੋਂ ਪਤਾ ਲੱਗ ਗਿਆ ਵੀ ਹੁਣ ਮਹਾਰਾਜ ਨੂੰ ਮਿੰਤਾ ਪਾ ਕੇ ਤੇ ਨਹੀਂ ਕਾਬੂ ਕੀਤਾ ਜਾ ਸਕਦਾ ਭੇਦ ਪਵਾ ਦਈਏ ਫੁੱਟ ਪਵਾ ਦਈਏ ਡਿਵਾਈਡ ਐਂਡ ਰੂਲ ਕਰ ਦਈਏ ਮਾਤਾ ਗੁਜਰੀ ਕੋ ਨੱਸੇ ਨੇ ਬਹੁਬਿਧ ਤੇ ਮਾਤਾ ਹੈ ਸਮਝਾਵੇ ਫਿਰ ਮਾਤਾ ਨੂੰ ਸਮਝਾਉਣ ਲੱਗ ਪਏ ਬੜੇ ਪ੍ਰੇਮ ਪਿਆਰ ਦੇ ਨਾਲ ਮਾਤਾ ਜੀ ਇੱਕ ਵਾਰੀ ਕਿਲਾ ਛੱਡ ਦੋ ਜਿਸ ਤਰ੍ਹਾਂ ਜਿਹੜਾ ਬੰਦਾ ਭੈੜਾ ਹੁੰਦਾ ਨਾ ਮੱਤ ਦਾ ਉਹ ਗੱਲਾਂ ਬੜੀਆਂ ਮਿੱਠੀਆਂ ਕਰਦਾ ਉਹ ਕਹਿੰਦਾ ਮਾਤਾ ਜੀ ਔਰੰਗਜ਼ੇਬ ਕਹਿੰਦਾ ਹੈ ਸਾਨੂੰ ਕਸਮ ਲੱਗੇ ਕੁਰਾਨ ਦੀ ਬੇਨਤੀ ਹੈ ਮਾਤਾ ਜੀ ਕਿਲਾ ਛੱਡ ਦੋ ਬੜੇ ਲਿਲਕਾਂਦੇ ਨੇ ਚਿਲਕਾਂਦੇ ਨੇ ਮਾਤਾ ਅੱਗੇ ਮਾਤਾ ਜੀ ਇਹ ਗੱਲ ਤਾਂ ਬੜੀ ਪ੍ਰਸਿੱਧ ਹੈ ਤੁਸੀਂ ਕਿਉਂ ਨਹੀਂ ਜਾਣਦੇ ਮਹਾਰਾਜ ਮਾਤਾ ਜੀ ਪਹਾੜੀ ਰਾਜੇ ਨੇ ਉਹ ਠਾਕੁਰਾਂ ਦੀ ਕਸਮ ਖਾ ਰਹੇ ਨੇ ਗਊ ਦੀ ਕਸਮ ਖਾ ਰਹੇ ਨੇ ਤੇ ਕੁਰਾਨ ਦੀ ਕਸਮ ਤੁਰਕ ਖਾ ਰਹੇ
इस तो उत्ते तो कुछ नहीं तुहानू ते जेडे बंदियां ने पहला धन लुटिया सी असी उन्हां नू दंड दे ही दित्ता असी माता जी तुहाडे नाल आ कृपा करो किला छड्ड दिओ जिम मन मन है धर्म करावह माता जी जो तुसी कहोगे ना ओ असी करन नू तैयार जे धन मंगदे हो किसे होर चीज दी सोह चकानी है असी सब करन नू तैयार झूठे ते पापी बंदे मक्कार बंदे गुरु दी माता नू अपनी गल्लां च लैंदे ने तिन पर निज विश्वास टिकावह माता ते विश्वास टिकाण दी कुचज्जी कोशिश करदे ने सहो बहर ना करहो अंदेशा बाहर निकलो मन दे अंदर कोई संसा ना रखो असी अमला नहीं करदे लेहो बचाए परिवार अशेषा अपना परिवार बचाओ माता आ छोटे फतेह सिंह वल देखो खालसा जी जदों किसे नू इमोशनल करना होवे ना ओनू दुख दे वेले ओदे बच्चे चेते करा दिंदे जांदे ਬਈ ਤੇਰਾ ਬੱਚਾ ਜਿਹੜਾ ਹੈ ਨਾ ਉਹ ਦੇਖ ਕਿੰਨਾ ਛੋਟਾ ਹੈ ਮਾਸੂਮ ਹੈ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਲੱਗੇ ਉਹਦਾ ਛੋਟਾ ਜਿਹਾ ਬੱਚਾ ਆ ਜਿਹਾ ਪਾਲ ਸਿੰਘ 4 ਸਾਲ ਦਾ ਕਿਹਾ ਤੇਰੇ ਬੱਚੇ ਦਾ ਦਿਲ ਕੱਢ ਕੇ ਉਹਨੂੰ ਮਾਰ ਦੇਵਾਂਗੇ ਇਸਲਾਮ ਕਬੂਲ ਕਰ ਲੈ ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਅਸੀਂ ਸਰੀਰ ਤਲ ਤੇ ਜੀ ਨਹੀਂ ਰਹੇ ਅਸੀਂ ਤੇ ਆਤਮਾ ਦੇ ਤਲ ਤੇ ਜੀ ਰਹੇ ਹਾਂ ਸਰੀਰਾਂ ਦਾ ਤੇ ਨਾਸ਼ ਹੋ ਹੀ ਜਾਣਾ ਜੇ ਮੰਨ ਲਓ ਤੁਸੀਂ ਅਜੇ ਪਾਲ ਨੂੰ ਅੱਜ ਨਹੀਂ ਮਾਰਦੇ ਤੇ ਕੀ ਮੇਰਾ ਪੁੱਤਰ ਕਦੇ ਨਹੀਂ ਮਰੇਗਾ ਮੇਰਾ ਪੁੱਤਰ ਆਪਣੀ ਉਮਰ ਭੋਗ ਕੇ 80-100 ਸਾਲਾਂ ਦਾ ਮਰੇਗਾ ਹੀ ਜੇ 4 ਸਾਲ ਦਾ ਮਾਰ ਦੋਗੇ 80 ਸਾਲ ਦਾ ਵੀ ਸਰੀਰ ਨੇ ਤਾਂ ਮਰਨਾ ਹੀ ਹੈ ਸਾਨੂੰ ਮੌਤ ਤਾਂ ਕਬੂਲ ਹੈ ਪਰ ਤੁਹਾਡਾ ਇਸਲਾਮ ਧਰਮ ਕਬੂਲ ਨਹੀਂ ਆਪਣੇ ਕੇਸਾਂ ਦੀ ਬੇਦਵੀ ਕਬੂਲ ਨਹੀਂ ਆਪਣੇ ਇੱਕ ਵੀ ਸਰੀਰ ਦਾ ਰੋਮ ਕਟਵਾਉਣ ਲਈ ਅਸੀਂ ਤਿਆਰ ਨਹੀਂ ਪਰ ਗੁਰੂ ਦੇ ਅਸੀਂ ਸਿੰਘ ਕਵਾਨੇ ਹਾਂ ਗੁਰੂ ਪਾਤਸ਼ਾਹ ਦੀ ਸਿੱਖੀ ਤੋਂ ਕੁਰਬਾਨ ਹੋ ਜਾਵਾਂਗੇ ਆਪਣੇ ਸਰੀਰ ਦਾ ਇੱਕ ਵੀ ਕੇਸ ਕਤਲ ਨਹੀਂ ਕਰਾਵਾਂਗੇ ਕਿਲਾ ਛੱਡ ਦਿਓ ਛੋਟੇ ਬੱਚਿਆਂ ਦੀ ਜਾਨ ਬਚਾਓ ਫਤਿਹ ਸਿੰਘ ਦੀ ਗੁਰੂ ਦੀ ਸੰਗਤ ਕਿੱਥੇ ਨੀ ਪਸਰੀ ਹੋਈ ਮਾਝੇ ਮਾਲਵੇ ਦੁਆਬੇ ਦੇ ਅੰਦਰ ਜਿੱਥੇ ਮਰਜ਼ੀ ਗੁਰੂ ਚਲਾ ਜਾਏ ਧੰਨ ਹੀ ਧੰਨ ਹੈ ਗੁਰੂ ਦੀ ਸੰਗਤ ਹੈ ਮਾਤਾ ਜੀ ਕਿਰਪਾ ਕਰੋ ਕਿਲਾ ਛੱਡ ਦਿਓ ਸੱਚੇ ਪਾਤਸ਼ਾਹ ਮਹਾਰਾਜ ਜਿੱਥੇ ਬੈਠਣਗੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਉੱਥੇ ਸੰਗਤ ਆ ਕੇ ਬਹਿ ਜਾਵੇਗੀ ਨਗਰ ਤੁਮਾਰਾ ਰਹਿ ਸਦਾਏ ਤੁਹਾਡਾ ਜਿਹੜਾ ਨਗਰ ਹੈ ਅਨੰਦਪੁਰ ਵਸਦਾ ਰਹੇਗਾ 2-3 ਮਹੀਨੇ ਬਾਅਦ ਫੇਰ ਆ ਜਿਓ ਆਪਣੇ ਸੋ ਦੇਹੁ ਰਾਰ ਮਿਟਾਏ ਹੁਣ ਰਾਰ ਮਿਟਾ ਦਿਓ ਰੌਲਾ ਮਿਟਾ ਦਿਓ ਹੁਣ ਕਿਲਾ ਛੱਡ ਦਿਓ ਲੱਖੋ ਲੋਕ ਬਹਿਰ ਹਰ ਖਾਵੇ ਲੱਖੋਂ ਹੀ ਜਿਹੜੇ ਲੋਕ ਨੇ ਉਹ ਬਾਹਰ ਅਸੀਂ ਭੁੱਖੇ ਪਿਆਸੇ ਬੈਠੇ ਆ ਮਾਤਾ ਜੀ ਕਿਰਪਾ ਕਰੋ ਕਿਲਾ ਛੱਡ ਦਿਓ ਸਿੱਖ ਸੰਗਤ ਤੁਮਰੀ ਸੁਖ ਪਾਵੇ ਤੁਹਾਡੀ ਸਿੱਖ ਸੰਗਤ ਅਨੰਦਪੁਰ ਤੋਂ ਬਾਹਰ ਰਹਿ ਕੇ ਨਾਲੇ ਕੋਈ ਛੱਕ ਪ੍ਰਸ਼ਾਦਾ ਲਵੇਗੀ ਮਾਤਾ ਜੀ ਕਿਲਾ ਛੱਡ ਦਿਓ ਹੱਟ ਨਾ ਕਰੋ ਨਾਹਕ ਇਨ ਕਰ ਰੱਖਿਓ ਬਖੇੜਾ ਹੁਣ ਇਹ ਬਖੇੜਾ ਜੰਗ ਦਾ ਖਤਮ ਕਰੀਏ ਮਾਤਾ ਜੀ ਮਾਤਾ ਗੁਜਰੀ ਜੀ ਬੇਨਤੀ ਹੈ ਆਪਣੀ ਨੂੰਹਾਂ ਨੂੰ ਲੈ ਕੇ ਪੋਤਰਿਆਂ ਨੂੰ ਲੈ ਕੇ ਸਿੰਘਾਂ ਨੂੰ ਲੈ ਕੇ ਤੁਸੀਂ ਕਿਲਾ ਛੱਡ ਦਿਓ ਅਨੰਦਪੁਰ ਦਾ ਮਾਤਾ ਜੀ ਤੁਸੀਂ ਤੇ ਇੱਕ ਵਾਰੀ ਚ ਕਹੋਗੇ ਗੁਰੂ ਮੰਨ ਜਾਵੇਗਾ ਤੁਹਾਡੇ ਤੋਂ ਬਾਹਰ ਥੋੜੀ ਹੈ ਗੁਰੂ ਗੋਬਿੰਦ ਸਿੰਘ ਪ੍ਰਥਮੈ ਗੁਰ ਸੁਤ ਕੋ ਸਮਝਾਓ ਸਭ ਤੋਂ ਪਹਿਲੇ ਗੁਰੂ ਨੂੰ ਸਮਝਾਓ ਜੇ ਨਹੀਂ ਗੁਰੂ ਸਮਝਦਾ ਤਾਂ ਜਿਮ ਮਨ ਹੈ ਤਿਮ ਹੀ ਮਨਵਾਓ ਜੇ ਨਹੀਂ ਮੰਨਦਾ ਤੇ ਤੁਸੀਂ ਜ਼ੋਰ ਪਾਓ ਜੇ ਫੇਰ ਵੀ ਨਹੀਂ ਮੰਨਦਾ ਗੁਰੂ ਤਾਂ ਨਹੀਂ ਸੁਭਾਵ ਫਿਰੈ ਜੇ ਫੇਰੇ ਜੇ ਗੁਰੂ ਗੋਬਿੰਦ ਸਿੰਘ ਦਾ ਸੁਭਾਅ ਨਹੀਂ ਮੁੜਦਾ ਹਟੀਲਾ ਗੁਰੂ ਆਪਣੀ ਗੱਲ ਜ਼ਿੱਦ ਤੇ ਅੜਿਆ ਗੁਰੂ ਪਾਤਸ਼ਾਹ ਮਹਾਰਾਜ ਜੇ ਨਹੀਂ ਛੱਡਦੇ ਕਿਲਾ ਅਨੰਦਪੁਰ ਦਾ ਸੁਭਾਵ ਵਿਸਾਲ ਕਰੇ ਰੇ ਤੇ ਗੁਰੂ ਦਾ ਜਿਹੜਾ ਸੁਭਾਵ ਹੈ ਨਾ ਉਹ ਬੜਾ ਹਠੀਲਾ ਹੈ ਗੁਰੂ ਦਾ ਸੁਭਾਵ ਜਿਹੜਾ ਹੈ ਉਹ ਬੜਾ ਕਰੜਾ ਹੈ ਸਖਤ ਹੈ ਗੁਰੂ ਨੂੰ ਅਸੀਂ ਨਹੀਂ ਮਨਾ ਪਾ ਰਹੇ ਆਓ ਆਪਣੀ ਤਿਆਰੀ ਤੁਮ ਕਰੋ ਮਾਤਾ ਜੀ ਛੱਡੋ ਫਿਰ ਤੁਸੀਂ ਸਾਰੇ ਚੱਲੋ ਗੁਰੂ ਨੂੰ ਕਿਲੇ ਚ ਰਹਿਣ ਦੇ ਫਿਰ ਤੁਸੀਂ ਸਾਰੇ ਤਾਂ ਆਪਣੀ ਜਾਨ ਬਚਾਓ ਤੁਸੀਂ ਕਿਉਂ ਮਰਦੇ ਹੋ ਐਵੇਂ ਭੁੱਖੇ ਪਿਆਸੇ ਕਿਲੇ ਦੇ ਅੰਦਰ ਹੁਣ ਇਹ ਖਾਲਸਾ ਜੀ ਡਿਵਾਈਡ ਐਂਡ ਰੂਲ ਹੈ ਭੇਦ ਕੋ ਆਤਾ ਪਰਿਵਾਰ ਦੇ ਅੰਦਰ ਮਾਤਾ ਨੂੰ ਇੱਕ ਪਾਸੇ ਕਰਤਾ ਪੁੱਤਰ ਨੂੰ ਇੱਕ ਪਾਸੇ ਕਰਤਾ ਰਾਜਨੀਤਿਕ ਲੋਕ ਚਾਰੇ ਤਰੀਕਿਆਂ ਚੋਂ ਇੱਕ ਤਰੀਕ ਦਾ ਸਹਾਰਾ ਲੈਂਦੇ ਨੇ ਲੜਾਈ ਕਰਾਉਂਦੇ ਨੇ ਆਪਸ ਦੇ ਅੰਦਰ ਨਹੀਂ ਤੇ ਇਨਸਾਨ ਇਨਸਾਨ ਦੇ ਨਾਲ ਕੋਈ ਨਹੀਂ ਲੜਦਾ ਅੱਜ ਵੀ ਹਿੰਦੁਸਤਾਨ ਦੇ ਅੰਦਰ ਮੁਸਲਮਾਨ ਦੀ ਹਿੰਦੂ ਦੀ ਸਿੱਖ ਦੀ ਕਿਸੇ ਨਾਲ ਕੋਈ ਲੜਾਈ ਨਹੀਂ ਹੈ ਪਰ ਰਾਜਨੀਤਿਕ ਲੋਕ ਉਸ ਗੱਲ ਦਾ ਫਾਇਦਾ ਚੁੱਕਦੇ ਨੇ ਸਾਡੀ ਭਾਵਨਾਵਾਂ ਦਾ ਆਪਸ ਦੇ ਅੰਦਰ ਬੜਾ ਪਿਆਰ ਹੈ ਹਿੰਦੂ ਸਿੱਖਾਂ ਦੇ ਅੰਦਰ ਅਸੀਂ ਗੁਰੂ ਘਰਾਂ 'ਚ ਦੇਖਦੇ ਹਾਂ ਸਾਡੇ ਨਾਲੋਂ ਜ਼ਿਆਦਾ ਸ਼ਰਧਾ ਹਿੰਦੂ ਵੀਰਾਂ 'ਚ ਹੈ ਉਹਨਾਂ ਦੇ ਅੰਦਰ ਸਿੱਖੀ ਦੀ ਭਾਵਨਾ ਸਾਡੇ ਨਾਲ ਜ਼ਿਆਦਾ ਹੈ
पर राजनीतिक लोग साड़ी गल्लां दा फायदा चुक के साड़ी भावनावां दा फायदा चुक के सानू आपस ही लड़ा देंदे ने। हुण इत्थे राजनीति खेड रहे ने, आपस ही भेद पवा दिता। अत देश जंगल के परो, माता जी मालवे देश च लंघ जाओ जंगल देश नूं, पीछे आप निकस कर है, पीछे गुरु आपे ही आ जावेगा जदों कल्ला रह जावेगा। कै तुमरी संग मिला है, ते गुरु पातशाह महाराज जी नूं कैद दे डर तो मारे शायद तुहाडे नाल संग च मिल जावे। वधियो बखेड़ा इम होए थोरा, हुण माता जी एदां ही बखेड़ा क्यों वधाणा, कृपा करो तुसी वी हुण किला छड्ड दिओ। जे नहि मन्नहो रण होए कोरा, जे तुसी नहीं मन्नदे तां घमसान जंग होवेगा, साडियां वी लाशां गिरनगियां, तुहाडियां वी लाशां गिरनगियां। इम श्री गुजरी को समझाए, इस प्रकार माता गुजरी नूं अपने भरोसे च लै लिया पहाड़ी राजिआं दे वकीलां ने। निकसन को ठहरायो, माता जी नूं निकसन दे लई किला छड्डण दे लई तैयार कर लिया। कहियो मात तब तुम अब जावो, माता कहंदी तुसी जाओ मैं गल करदी आं गुरु गोबिंद नाल। धर्म ईमान दोहन ते ल्यावो, कहंदे धर्म ते ईमान तुसी दोनों साडे अगे रखे ने। माता विश्वास च आ गई, अंदरों अंदर खुश हो रहे ने। मैं सत को समझाए दिखावो, मैं गुरु गोबिंद सिंह नूं मना लवांगी, तुसी तैयारी करो असीं किला छड्डांगे। इस प्रकार माता दे हिरदे दे अंदर भरोसा देख के किला छड्डण दी पहाड़ी राजां दे वकील खुश हो गए। ठाकुर धेन पेपर लै आवे, ओ ठाकुरां दी कसम खांदे ने, धेन कहंदे ने गऊ दी कसम खांदे ने, पेपर पंडित लै के आया ठाकुर ते धेन दी कसम खांदे ने। करे सपथ कृपति पठावे, कहंदे सारियां ने कट्ठे पहाड़ी राजां ने कसम खा ली है माता, असी हमला नहीं करांगे, तुसी किला छड़ दियो। हजरत दिश ते सैयद आवे, हजरत दी दिश तो औरंगजेब वालों सैयद कहंदे ने जिवें साडे अंदर सब तो वड्डे जथेदार हुंदे ने, उसी प्रकार मुसलमाना दे अंदर इस्लाम धर्म दे अंदर सैयद नूं सब तो वड्डा मन्निया जांदा। कहंदे हजरत औरंगजेब ने अपना सैयद भेजिया तुहाडे लई, उह सैयद कसम खा रहा कुराने पाक दी, आनंदपुर दा किला छड्डो हमला नहीं करांगे। समेत कुरान उठावे, उन्हें कुरान अपने सिर ते चुकी है, औरंगजेब दी चिट्ठी नाल है, हुण ते नहीं हमला करदे माता जी, छड्ड दिओ किला। अच्छी बात मात हम जाए, माता जी असीं जाणे आ तुहाडा वचन सत वचन है, पर किला छड्डण दी गल दे उत्ते हुण जोर पाओ गुरु नूं। जिम तुम उच्च रहो तिम ले आए, जिस तरह तुसीं कहोगे असीं उस तरह कर लवांगे, पर किला छड्ड दिओ आनंदपुर दा। कह कर दूत बहर को गए, इस प्रकार दूत किले चो बाहर जांदे ने। ਨਿਰਪਨ ਪ੍ਰਸੰਗ ਸੁਨਾਵਤ ਭਾਈ, ਇਸ ਪ੍ਰਕਾਰ ਕਵੀਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੁਣ ਉਹ ਬਾਹਰ ਚਲੇ ਗਏ ਨੇ, ਸਿੰਘ ਹੁਣ ਦੁਬਾਰਾ ਗੁਰੂ ਨਾਲ ਗੱਲ ਕਰਨਗੇ। ਉਹ ਸ਼ਾਮਾਂ ਦੇ ਦੀਵਾਨ ਦੇ ਅੰਦਰ 6:30 ਤੋਂ 7:15 ਦੀ ਕਥਾ ਦੇ ਅੰਦਰ ਸਰਵਣ ਕਰਾਂਗੇ ਜੀ। ਇੰਨੇ ਕੁ ਬਚਨ ਪ੍ਰਵਾਨ ਕਰਨੇ। ਭਾਈ ਬਖਸ਼ੀਸ਼ ਸਿੰਘ ਜੀ ਫਰੀਦਕੋਟ ਵਾਲੇ ਆਪਣੇ ਜੱਥੇ ਦੇ ਨਾਲ ਦਰਬਾਰ 'ਚ ਆ ਗਏ ਨੇ। ਆਓ ਉਹਨਾਂ ਤੋਂ ਹੁਣ ਪ੍ਰੇਮ ਨਾਲ ਕੀਰਤਨ ਸਰਵਣ ਕਰੀਏ ਜੀ। ਸਾਰੀ ਸੰਗਤ ਗੱਜ ਵੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਢੇ 6 ਤੋਂ 7 ਕਥਾ ਹੁੰਦੀ ਹੈ, ਜਿਹੜੀ ਇਤਿਹਾਸ ਪੋਹ ਦਾ ਮਹੀਨਾ ਚੱਲ ਰਿਹਾ ਨਾ। ਹਾਂਜੀ।